ਮਾਨਕ ਭਾਜੀ ਦਾ ਗੀਤ ਆਇਆ ਸੀਗਾ ਇੱਕ ਚੱਲ ਕੇ ਤੇਲ ਚਵਾ ਅੜੀਏ। ਹਾਂਜੀ 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 ਉਹਦੇ ਬੱਚੇ ਮੈਂ ਤੂੰ ਵੀ ਮੈਂ ਵਜਾਈ। ਅੱਛਾ ਅੱਛਾ ਕਿਤੇ ਚੱਲ ਕੇ ਤਾਂ ਤੇਲ ਚਵਾ ਅੜਿਆ। ਹਾਂਜੀ ਸਭ ਤੋਂ ਪਹਿਲਾਂ ਮੇਰੀ ਰਿਕਾਰਡਿੰਗ ਜਿਹੜੀ ਆ ਜੀ ਉਹ ਚਰਨਜੀਤ ਹੂਜਾ ਸਾਹਿਬ ਨੇ ਕੀਤੀ ਹੈ। ਵਾਹ, ਉਹ ਵੀ ਬੜੀ ਤਗੜੀ ਪ੍ਰਾਪਤੀ ਹੈ ਉਹਨਾਂ ਦਿਨਾਂ ਦੇ ਵਿੱਚ। ਜਿਹੜੀ HNB ਕੰਪਨੀ ਆ ਉਹਦੇ ਵਿੱਚ ਮੇਰਾ ਖਿਆਲ ਆ ਵੀ ਅੱਧ ਨਾਲੋਂ ਜ਼ਿਆਦਾ ਕਲਾਕਾਰ ਤਾਂ ਜਦੋਂ ਪੌੜੀਆਂ ਚੜ੍ਹਦੇ ਸੀਗੇ ਸੁਰਾਂ ਭੁੱਲ ਜਾਂਦੇ ਸੀਗੇ, ਜਹੀਰ ਸਾਹਿਬ ਦੇ ਕੋਲ ਜਾਣਾ ਜਿੱਦਾਂ ਜਿਹੜੇ ਮਤਲਬ ਨਾ ਜਿੱਦਾਂ ਉੱਥੇ ਦੇ ਨਿਆਣੇ ਬੱਚੇ ਆ ਨਾ ਜਿਹੜੇ ਉਹਨਾਂ ਨੂੰ ਜਿਹੜਾ ਕਲਾਕਾਰ ਚੰਗਾ ਲੱਗਦਾ ਉਹ ਕਹਿੰਦੇ ਜਦ ਤੀ ਉਹ ਕਲਾਕਾਰ ਵਿਹਲਾ ਨਹੀਂ ਹੈਗਾ ਉਹ ਵਿਆਹ ਨਹੀਂ ਕਰਾਉਂਦੇ ਹੈਗੇ। ਫਿਰ ਉਹਨੇ ਕਹਿਣਾ ਵੀ ਰੇਸ਼ਮ ਸਿੰਘ ਰੇਸ਼ਮ ਨੂੰ ਲੈ ਕੇ ਆਉਣਾ ਜੀ, ਜੇ ਉਹਨੇ ਕਹਿਣਾ ਵੀ ਉਹਦੀ ਡੇਟ ਨਹੀਂ ਬੁੱਕ ਜਿੱਦਾਂ ਵਿਹਲੀ ਹੈਗੀ ਤਾਂ ਫਿਰ ਵਿਆਹ ਅੱਗੇ ਕਰ। ਅੱਛਾ, ਇਹ ਤੂੰ ਵੀ ਕੈਨੇਡਾ ਇੰਗਲੈਂਡ ਦੇ ਵਿੱਚ ਅਮਰੀਕਾ ਦੇ ਵਿੱਚ ਖੜਕੀ ਆ। ਅਮਰੀਕਾ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਮੈਂ ਪ੍ਰੋਗਰਾਮ ਹੈਪੀ ਭਾਜੀ ਸ਼ੁਰੂ ਕੀਤੇ ਜੀ। ਹੋ ਤੇਰੇ ਟਿੱਲੇ ਤੋਂ ਆ ਸੂਰਤ ਦੀ ਜੀਆ ਹੀਰ ਦੀ, ਤੇਰੇ ਟਿੱਲੇ ਤੋਂ ਆ ਸੂਰਤ ਦੀ ਜੀਆ ਹੀਰ ਦੀ, ਔਲ ਵੇਖ ਗੋਰਖਾ ਉੱਡਦੀ ਐ ਫੁਲਕਾਰੀ। ਬੜਾ ਮਸ਼ਹੂਰ ਦਫ਼ਤਰ ਆ ਲੁਧਿਆਣੇ ਦਾ, ਉਹਦੇ ਬਾਰੇ ਬਈ ਚਰਚਾ ਕੇ ਇੱਥੇ ਸਾਰੇ ਕਲਾਕਾਰਾਂ ਦਾ ਉਹ ਗੜ੍ਹ ਹੁੰਦਾ ਸੀ ਹੈ ਨਾ, ਚਮਕੀਲਾ ਜੀ ਤੋਂ ਲੈ ਕੇ ਜਿਵੇਂ ਤੁਸੀਂ ਦੀਦਾਰ ਸੰਧੂ ਜੀ ਦੱਸਿਆ ਸਾਰਿਆਂ ਦਾ ਉਹ। ਅੱਛਾ, ਉੱਥੇ ਤੁਹਾਡਾ ਬਕਾਇਦਾ ਦਫ਼ਤਰ ਸੀ? ਉੱਥੇ ਮੇਰਾ ਦਫ਼ਤਰ ਸੀ। ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਲਾਕਾਰ ਨੂੰ ਮਾਰੋ ਨਾ, ਜੇ ਤੁਹਾਨੂੰ ਕਲਾਕਾਰ ਚੰਗਾ ਨਹੀਂ ਲੱਗਦਾ ਉਹਨੂੰ ਸੁਣਨਾ ਬੰਦ ਕਰ ਦਿਓ ਜੀ, ਕਿਉਂਕਿ ਕਲਾਕਾਰ ਸੁਣਨਾ ਤੁਸੀਂ ਬੰਦ ਕਰ ਦਿੱਤਾ ਕਲਾਕਾਰ ਮਰ ਗਿਆ। ਸਿੱਧੂ ਮੂਸੇਵਾਲਾ, ਜੇ ਤੁਸੀਂ ਉਹਨਾਂ ਨੂੰ ਜਿੱਦਾਂ ਲਾਈਕ ਨਹੀਂ ਕਰਦੇ ਹੈਗੇ, ਸੁਣਨਾ ਪਸੰਦ ਨਹੀਂ ਕਰਦੇ ਸੀਗੇ ਨਾ, ਕੋਈ ਗੱਲ ਨਹੀਂ ਨਾ ਸੁਣੋ ਹੈ ਨਾ, ਅਤੇ ਮਤਲਬ ਜਿਹੜਾ ਮਾਰਨਾ ਆ ਇਹ ਬਹੁਤ ਮਾੜੀ ਗੱਲ ਆ। ਅੱਜ ਉਹਨਾਂ ਦੇ ਮਾਂ ਬਾਪ ਦਾ ਕੀ ਹਾਲ ਹੋ ਗਿਆ, ਉਹ ਇਕੱਲਾ ਹੀ ਇਕੱਲਾ ਪੁੱਤ ਸੀਗਾ। ਮੈਂ ਬੇਨਤੀ ਕਰਦਾ ਕਿ ਮੇਰੀਆਂ ਮੇਰੇ ਬੱਚੇ ਵੀ ਵਿਆਹ ਹੋ ਗਏ ਆ, ਜੇ ਤੁਸੀਂ ਕਿਸੇ ਨੂੰ ਮਾਰਨਾ ਕੋਈ ਇਕੱਲਾ ਪੁੱਤ ਨਾ ਮਾਰਿਓ, ਮੇਰੇ ਸਾਰੇ ਕੰਮ ਹੋ ਗਏ ਆ, ਅਤੇ ਮੈਨੂੰ ਜੇ ਕਿਸੇ ਹੋਰ ਨੂੰ ਮਾਰਨਾ ਮੈਨੂੰ ਮਾਰ। ਮਾਪੇ ਹੀ ਸਿਖਾਉਂਦੇ ਇੱਥੇ ਮੱਲ ਮਾਰਨੀ, ਹੋਰ ਤਾਂ ਸਿਖਾਉਂਦੇ ਹੇਰਾ ਫੇਰੀ ਮਿੱਤਰੋ, ਮਾਂ ਬਿਨਾ ਮਿਲਦਾ ਨਾ ਪਿਆਰ ਅਸਲੀ, ਬਾਪੂ ਬਿਨਾ ਮਿਲੇ ਨਾ ਦਲੇਰੀ ਮਿੱਤਰੋ। ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਮੈਂ ਪਿਰਨਦੇਵ ਹਾਜ਼ਰ ਹਾਂ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਜਿਸ ਦਾ ਨਾਮ ਹੈ ਹੀਰੇ ਪੰਜਾਬ ਦੇ। ਪਹਿਲਾਂ ਤਾਂ ਮੈਂ ਖਿਮਾ ਮੰਗਦਾ ਸਾਰੇ ਦਰਸ਼ਕਾਂ ਕੋਲੋਂ ਕਿ ਪਿਛਲੇ ਕੁਛ ਸਮੇਂ ਦੇ ਵਿੱਚ ਮੈਂ ਆਪਣਾ ਪ੍ਰੋਗਰਾਮ ਲੈ ਕੇ ਨਹੀਂ ਆ ਸਕਿਆ, ਕੁਛ ਰੁਝੇਵੇਂ ਇੱਦਾਂ ਦੇ ਹੋ ਗਏ, ਕੁਛ ਕਾਰਨ ਇੱਦਾਂ ਦੇ ਹੋ ਗਏ ਕਿ ਮੈਂ ਸ਼ੂਟ ਨਹੀਂ ਕਰ ਸਕਿਆ। ਲੇਕਿਨ ਅੱਜ ਦੇ ਹੀਰੇ ਪੰਜਾਬ ਦੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਉਸ ਹੀਰੇ ਨੂੰ ਮਿਲਾਵਾਂਗਾ ਜਿਹਨੂੰ ਮਿਲਣ ਵਾਸਤੇ ਤੁਸੀਂ ਸਾਨੂੰ ਬਹੁਤ ਵਾਰੀ ਤੁਹਾਡੇ ਮੈਸੇਜ ਵੀ ਆਇਆ ਕਿ ਇਸ ਹੀਰੇ ਨੂੰ ਮਿਲਾਓ, ਲੇਕਿਨ ਇਹ ਸੀਗਾ ਕਿ ਉਹ ਗਾਇਕ ਪ੍ਰਵਾਸੀ ਸੀਗੇ, USA ਰਹਿੰਦੇ, ਅਤੇ ਸਾਡੀ ਹੁਣ ਖੁਸ਼ਕਿਸਮਤੀ ਹੈ ਕਿ ਪੰਜਾਬ ਆਏ ਹੋਏ ਨੇ। ਅਤੇ ਦੁਬਾਰਾ ਪ੍ਰੋਗਰਾਮ ਜਿਹੜਾ ਮੈਂ ਸ਼ੁਰੂ ਕਰ ਰਿਹਾ ਇੰਨੀ ਦੇਰ ਬਾਅਦ, ਉਹਦੇ ਵਿੱਚ ਪਹਿਲਾ ਹੀਰਾ ਤੁਹਾਨੂੰ ਮਿਲਾਉਣ ਲੱਗਾ ਜਿਹੜੇ 1975 ਤੋਂ ਲੈ ਕੇ ਗਾਇਕੀ ਦੇ ਵਿੱਚ ਸਰਗਰਮ ਨੇ, ਜਿਨ੍ਹਾਂ ਨੇ ਤਵਿਆਂ ਦੇ ਦੌਰ ਦੇ ਵਿੱਚ ਵੀ ਗਾਇਆ, ਕੈਸਟਾਂ ਦੇ ਦੌਰ ਦੇ ਵਿੱਚ ਵੀ ਗਾਇਆ, ਅੱਜ ਸਿੰਗਲ ਟਰੈਕ ਦੌਰ ਦੇ ਵਿੱਚ ਵੀ ਗਾ ਰਹੇ ਨੇ। ਬੇਸ਼ੱਕ ਪ੍ਰਵਾਸੀ ਨੇ, ਲੇਕਿਨ ਪ੍ਰਵਾਸੀ ਹੋਣ ਦੇ ਨਾਲ ਨਾਲ ਬਹੁਤ ਵੱਡੀ ਸਮਾਜ ਸੇਵਾ ਵੀ ਸਾਡੇ ਭਾਜੀ ਕਰ ਰਹੇ ਨੇ। ਮੈਂ ਤੁਹਾਡੀ ਉਤਸੁਕਤਾ ਨੂੰ ਖਤਮ ਕਰਦਾ ਹੋਇਆ ਤੁਹਾਨੂੰ ਮਿਲਾਉਣ ਲੱਗਾ। ਦੁਆਬੇ ਦੇ ਵਿੱਚ ਪੈਂਦਾ ਜੀ ਬੰਗਾ, ਬੰਗਾ ਸ਼ਹਿਰ ਅਤੇ ਬੰਗੇ ਦੇ ਨਾਲ ਹੀ ਇੱਕ ਬਹੁਤ ਮਸ਼ਹੂਰ ਪਿੰਡ ਆ ਖਟਕੜ ਕਲਾਂ। ਖਟਕੜ ਕਲਾਂ ਨੂੰ ਲੋਕ ਭਗਤ ਸਿੰਘ ਦੇ ਨਾਮ ਨਾਲ ਵੀ ਜਾਣਦੇ ਨੇ, ਭਗਤ ਸਿੰਘ ਜੀ ਦਾ ਜਨਮ ਸਥਾਨ ਮੰਨਿਆ ਜਾਂਦਾ ਉਹਨੂੰ। ਅਤੇ ਖਟਕੜ ਕਲਾਂ ਦੇ ਨਾਲ ਇੱਕ ਪਿੰਡ ਆ ਖਟਕੜ ਖੁਰਦ, ਉੱਥੋਂ ਦੇ ਰਹਿਣ ਵਾਲੇ ਨੇ ਪ੍ਰਸਿੱਧ ਪੰਜਾਬੀ ਗਾਇਕ ਰੇਸ਼ਮ ਸਿੰਘ ਜੀ ਰੇਸ਼ਮ, ਅਤੇ ਆਓ ਤੁਹਾਨੂੰ ਉਹਨਾਂ ਨਾਲ ਮਿਲਾਉਂਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਹੈਪੀ ਭਾਜੀ, ਸਤਿ ਸ਼੍ਰੀ ਅਕਾਲ। ਹੋਰ ਭਾਜੀ ਕੀ ਹਾਲ ਚਾਲ ਨੇ? ਬਹੁਤ ਸ਼ੁਕਰੀਆ ਪਰਮਾਤਮਾ ਦਾ ਜੀ। ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਜੋ ਹੀਰੇ ਪੰਜਾਬ ਦੇ ਜੋ ਦਰਸ਼ਕ ਨੇ ਦੇਖ ਰਹੇ ਨੇ ਪ੍ਰੋਗਰਾਮ, ਅਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਹੈਪੀ ਜੀ ਤੁਹਾਡਾ ਬਹੁਤ ਧੰਨਵਾਦ ਕਰਦਾ, ਕਿਉਂਕਿ ਮੈਨੂੰ ਕਾਫੀ ਸਾਲ ਇੱਥੋਂ ਗਏ ਨੂੰ ਬਾਹਰ ਹੋ ਗਏ ਜੀ, ਅਤੇ ਜਿਹੜਾ ਮੇਰੇ ਜਿਹੜੇ ਰੱਬ ਵਰਗੇ ਸਰੋਤੇ ਆ ਅਤੇ ਉਹਨਾਂ ਦੇ ਰੂਬ ਰੂਪ ਮੈਨੂੰ ਤੁਸੀਂ ਕਰਾ ਰਹੇ ਹੋ, ਧੰਨਵਾਦ ਜੀ। ਇਹ ਤਾਂ ਸਾਡੀ ਜਾਂ ਕਹਿ ਲਓ ਸਰੋਤਿਆਂ ਦੀ ਖੁਸ਼ਕਿਸਮਤੀ ਆ ਜੀ ਕਿ ਤੁਸੀਂ ਚਲੋ ਸਾਡੇ ਲਈ ਥੋੜ੍ਹਾ ਜਿਹਾ ਟਾਈਮ ਕੱਢਿਆ। ਮੈਂ ਨਾਲ ਦੀ ਨਾਲ ਅੱਜ ਵੀ ਜਿਵੇਂ ਭਾਜੀ ਤੁਸੀਂ ਬਹੁਤ ਬਿਜ਼ੀ ਸੀਗੇ ਪਿੰਡ ਦੇ ਵਿੱਚ, ਤੁਸੀਂ ਬੜਾ ਲੋਕ ਭਲਾਈ ਦਾ ਕੰਮ ਕਰਦੇ ਹੋ ਸਾਰੀ, ਅਸੀਂ ਉਹ ਵੀ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ। ਆਪਣੇ ਅਸੀਂ ਪ੍ਰੋਗਰਾਮ ਦੀ ਜਿਹੜੀ ਰਵਾਇਤੀ ਸ਼ੁਰੂਆਤ ਆ ਜਾਂ ਜਿੱਥੋਂ ਮੈਂ ਅਕਸਰ ਸ਼ੁਰੂਆਤ ਕਰਦਾ ਜੀ, ਕਲਾਕਾਰ ਦੇ ਜਨਮ ਸਥਾਨ ਤੋਂ ਉਹਨਾਂ ਦੇ ਮੁੱਢ ਤੋਂ ਆਪਾਂ ਗੱਲ ਸ਼ੁਰੂ ਕਰਕੇ ਵਨ ਬਾਈ ਵਨ ਅੱਗੇ ਚੱਲਦੇ ਹਾਂ। ਸਭ ਤੋਂ ਪਹਿਲਾਂ ਇਹ ਦੱਸੋ ਸਾਡੇ ਚਾਹੁਣ ਵਾਲਿਆਂ ਨੂੰ ਕਿ ਤੁਹਾਡਾ ਜਨਮ, ਵੈਸੇ ਤਾਂ ਮੈਂ ਦੱਸ ਦਿੱਤਾ ਖਟਕੜ ਖੁਰਦ ਹੈ,
ਤੇ ਇੱਥੇ ਹੀ ਤੁਹਾਡੀ ਪੜ੍ਹਾਈ ਲਿਖਾਈ ਬਾਕੀ ਸਾਰਾ ਬਚਪਨ ਇੱਥੇ ਬੀਤਿਆ ਜੀ ਆਪਣੇ ਤੁਸੀਂ ਦੱਸੇ ਦਿੱਤਾ ਹੈ ਵੀ ਭਾਅ ਜੀ ਬੰਗਿਆਂ ਦੇ ਕੋਲ ਖਾਕੜ ਖੁਰਦ ਜੀ ਅਸੀਂ ਵੈਸੇ ਸਾਡੀ ਜ਼ਮੀਨ ਹੀ ਜਿਹੜੀ ਸਾਡੇ ਇੱਥੇ ਮਤਲਬ 7-8 ਘਰ ਆ ਅਸੀਂ ਡੇਰਾ ਬਣਾਇਆ ਇੱਥੇ ਜਾਣੀ ਕਿ ਡੇਰੇ ਦੇ ਜ਼ਮੀਨ ਦੇ ਵਿੱਚ ਹੀ ਰਹਿੰਦੇ ਹਾਂ ਜੀ ਖੇਤਾਂ 'ਚ ਰਹਿੰਦੇ ਖੇਤਾਂ ਦੇ ਵਿੱਚ ਰਹਿੰਦੇ ਹਾਂ ਜੀ ਅਸੀਂ ਇੱਥੇ ਜੀ ਜੀ ਅਤੇ ਬਾਕੀ ਆਪਣੇ ਮੈਂ ਇੱਥੇ ਹੀ ਮਤਲਬ ਪ੍ਰਾਇਮਰੀ ਸਕੂਲ ਇੱਥੇ ਪੜ੍ਹਿਆ ਬਾਕੀ ਉਸ ਤੋਂ ਬਾਅਦ ਮੈਂ ਬੰਗੇ ਜਿੱਦਾਂ ਖਾਲਸਾ ਹਾਈ ਸਕੂਲ ਹੈ ਨਾ ਜੀ ਉੱਥੇ ਪੜ੍ਹਾਈ ਕੀਤੀ ਜੀ ਅਤੇ ਉਸ ਤੋਂ ਬਾਅਦ ਫਿਰ ਬਸ ਪਹਿਲਾਂ ਤਾਂ ਖੇਤੀਬਾੜੀ ਮੈਂ ਕਰਦਾ ਸੀਗਾ ਛੋਟਾ ਹੁੰਦਾ ਜੀ ਅੱਛਾ ਅਤੇ ਉਸ ਤੋਂ ਬਾਅਦ ਫਿਰ ਜਿੱਦਾਂ ਮੈਂ ਸਾਡੇ ਪਿੰਡ ਦੇ ਨਾ ਜਾਣਕੀ ਜੀ ਸ਼ਬਦ ਗੁਰਦੁਆਰਾ ਸਾਹਿਬ ਜਾ ਕੇ ਜਿੱਦਾਂ ਬਹੁਤ ਵਧੀਆ ਸ਼ਬਦ ਪੜ੍ਹਦੇ ਸੀਗੇ ਜਿੱਦਾਂ ਜਾਣਕੀ ਨਾ ਸਾਰੀ ਸਾਰੀ ਰਾਤ ਪੜ੍ਹਦੇ ਮਤਲਬ ਮੰਨਿਓ ਸ਼ਬਦ ਹੀ ਹੈ ਜਿੱਦਾਂ ਜੀ ਕਿਉਂਕਿ ਮੈਨੂੰ ਜਿੱਦਾਂ ਬਚਪਨ ਦੇ ਵਿੱਚ ਨਾ ਗੁਰਦੁਆਰਾ ਸਾਹਿਬ ਜਾਣ ਦਾ ਬੜਾ ਸ਼ੌਂਕ ਸੀਗਾ ਜੀ ਮੈਂ ਉੱਥੇ ਜਾਂਦਾ ਸੀਗਾ ਤਾਂ ਮੈਨੂੰ ਬੜਾ ਚਾਅ ਚੜ੍ਹਦਾ ਸੀਗਾ ਫਿਰ ਮੈਂ ਜਦ ਵੱਡਾ ਥੋੜ੍ਹਾ ਹੋਇਆ ਅਤੇ ਮੈਂ ਫਿਰ ਉਹਨਾਂ ਦੇ ਨਾਲ ਬੋਲਣ ਲੱਗ ਪਿਆ ਸ਼ਬਦ ਬੋਲਣ ਲੱਗ ਪਿਆ ਫਿਰ ਮੈਂ ਜਿੱਦਾਂ ਕਲਾਕਾਰ ਮੈਨੂੰ ਸੀਗੀ ਮੈਂ ਘਰਦਿਆਂ ਨੇ ਕਹਿਣਾ ਤੜਕੇ 4 ਵਜੇ ਵੇੜ ਨਾਲ ਜੋੜਨਾ ਉਸ ਵੇਲੇ ਵੇੜ ਨਾਲ ਜਿਹੜਾ ਜਿੱਦਾਂ ਅੱਜ ਕੱਲ੍ਹ ਚੱਲਦਾ ਇੱਦਾਂ ਨਹੀਂ ਸੀਗਾ ਗੋੜ ਕੱਢਣਾ ਉਹ ਗੋੜ ਕੱਢਣਾ ਜਿਹੜਾ ਉਹ ਪਸ਼ੂਆਂ ਦੇ ਨਾਲ ਚੱਲਦਾ ਬਹੁਤਾਂ ਦੇ ਨਾਲ ਹਾਂਜੀ ਹਾਂਜੀ ਅਤੇ ਮੈਨੂੰ ਸੀਗਾ ਮੈਂ ਬੜੀ ਦੂਰ ਦੂਰ ਜਾ ਕੇ ਵੀ ਭਾਵਾਂ ਜਿੱਥੇ ਮਰਜ਼ੀ ਹੋਵੇ ਡਰਾਮੇ ਦੇਖਣੇ ਕੋਈ ਕਲਾਕਾਰ ਆਇਆ ਹੋਵੇ ਉਹ ਦੇਖਣੇ ਅਤੇ ਮੈਨੂੰ ਘਰਦਿਆਂ ਨੇ ਕਹਿਣਾ ਤੂੰ ਨਾ ਜਾ ਫਿਰ ਤੜਕੇ ਨੂੰ ਵੇੜ ਨਾਲ ਜੋੜਨਾ ਮੈਂ ਕਹਿੰਦਾ ਕੋਈ ਗੱਲ ਨਹੀਂ ਵੇੜ ਨਾਲ ਵੀ ਜੁੜੂੰਗਾ ਆ ਕੇ 2 ਵਜੇ ਸੌਂ ਕੇ 2 ਘੰਟੇ ਸੌਂ ਕੇ 4 ਵਜੇ ਉੱਠ ਕੇ ਵੇੜ ਨਾਲ ਜੋੜਨਾ ਅਤੇ ਉਸ ਤੋਂ ਬਾਅਦ ਮੇਰਾ ਸ਼ੌਂਕ ਫਿਰ ਮੈਨੂੰ ਬੜਾ ਜਿੱਦਾਂ ਪਿਆ ਫਿਰ ਮੈਂ ਵੀ ਇੱਦਾਂ ਗਾਵਾਂ ਇੱਕ ਦਿਨ ਅੱਛਾ ਭਾਅ ਜੀ ਫਿਰ ਜਦੋਂ ਪੜ੍ਹਾਈ ਤੁਸੀਂ ਦੱਸਿਆ ਵੀ ਕੰਪਲੀਟ ਕਰਕੇ ਫਿਰ ਖੇਤੀਬਾੜੀ 'ਚ ਲਾਇਆ ਕੁਛ ਟਾਈਮ ਹਾਂਜੀ ਖੇਤੀਬਾੜੀ ਮੈਂ ਕਰਦਾ ਰਿਹਾ ਜੀ ਅੱਛਾ ਅਤੇ ਫਿਰ ਉਸ ਤੋਂ ਬਾਅਦ ਗਾਉਣ ਲੱਗ ਪਿਆ ਅੱਛਾ ਫਿਰ ਬਾਅਦ ਵਿੱਚ ਤਾਂ ਖੇਤੀ ਨੂੰ ਨਾ ਮੈਨੂੰ ਘਰਦਿਆਂ ਨੇ ਕਿਹਾ ਨਾ ਮੈਂ ਖੇਤੀ ਅੱਛਾ ਗਾਉਣ ਲੱਗ ਪਿਆ ਮਤਲਬ ਕਿ ਜਦੋਂ ਤੁਹਾਨੂੰ ਸ਼ੌਕ ਹੋ ਗਿਆ ਤੁਸੀਂ ਮੈਟ੍ਰਿਕ ਕੀਤੀ ਜਾਂ ਪੜ੍ਹਾਈ ਉਚੇਰੀ ਪੜ੍ਹਾਈ ਜਿਹੜੀ ਤੁਸੀਂ ਕੀਤੀ ਉਹਦੇ ਬਾਅਦ ਫਿਰ ਆਮ ਤੌਰ 'ਤੇ ਕੀ ਆ ਪਿੰਡਾਂ ਦੇ ਵਿੱਚ ਜਾਂ ਖਾਸ ਕਰ ਜੱਟ ਪਰਿਵਾਰਾਂ ਦੇ ਵਿੱਚ ਇਸ ਲਾਈਨ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਅਤੇ ਘਰਦਿਆਂ ਦਾ ਕੀ ਰਿਸਪੋਂਸ ਸੀਗਾ ਕਿ ਵੀ ਇਹ ਕੰਮ ਕਰ ਦਿੱਤਾ ਤੁਹਾਡੇ ਘਰਦਿਆਂ ਨੇ ਨਹੀਂ ਪਹਿਲਾਂ ਤਾਂ ਜੀ ਬੜੀ ਮੁਸ਼ਕਲ ਆਈ ਅੱਛਾ ਘਰਦੇ ਮਤਲਬ ਜਿੱਦਾਂ ਕਿਉਂਕਿ ਉਹ ਕਹਿੰਦੇ ਸੀਗੇ ਫਿਰ ਗਾਉਣ ਦਾ ਜਿੱਦਾਂ ਜੱਟਾਂ ਦਾ ਕੰਮ ਨਹੀਂ ਹੈਗਾ ਅੱਛਾ ਅਤੇ ਮਤਲਬ ਮੈਂ ਨਾ ਆਪਣੇ ਮੈਨੂੰ ਸ਼ੌਂਕ ਸੀਗਾ ਬਹੁਤ ਜ਼ਿਆਦਾ ਅਤੇ ਮੈਂ ਮਤਲਬ ਇਹ ਕੰਮ ਤੋਂ ਪਿੱਛੇ ਨਹੀਂ ਹਟਿਆ ਮੈਂ ਕਿਹਾ ਵੀ ਜਿੱਦਾਂ ਮੈਂ ਮਤਲਬ ਨਾ ਗਾਉਣਾ ਆ ਜਿੱਦਾਂ ਜਾਣ ਕੇ ਹੈ ਨਾ ਅਤੇ ਬੜੀਆਂ ਮਤਲਬ ਔਕੜਾਂ ਆਈਆਂ ਫਿਰ ਜਿਸ ਵੇਲੇ ਮੇਰਾ ਰਿਕਾਰਡਿੰਗ ਹੋ ਗਈ ਕਲਾਕਾਰ ਮੈਨੂੰ ਚਾਹੁੰਦੇ ਆਪਣੇ ਪ੍ਰੋਗਰਾਮ ਜਦੋਂ ਮੈਂ ਕਰਨ ਲੱਗ ਪਿਆ ਹਾਂਜੀ ਅਤੇ ਫਿਰ ਜਿੱਦਾਂ ਘਰਦੇ ਵੀ ਮਤਲਬ ਸਹਿਮਤ ਹੋ ਗਏ ਬਾਅਦ ਵਿੱਚ ਘਰਦਿਆਂ ਨੂੰ ਝੁਕਣਾ ਪਿਆ ਕਹਿ ਸਕਦੇ ਘਰਦਿਆਂ ਨੂੰ ਵੀ ਝੁਕਣਾ ਪਿਆ ਜੀ ਕਲਾ ਦੇ ਮੂੰਹ ਦੇ ਅੱਛਾ ਜੀ ਜਦੋਂ ਫਿਰ ਤੁਸੀਂ ਮੂਡ ਬਣਾ ਲਿਆ ਆਪਣੇ ਰੇਸ਼ਮ ਜੀ ਹੈ ਨਾ ਗਾਉਣਾ ਹੀ ਹੈ ਜੀ ਅਤੇ ਫਿਰ ਉਹਦੇ ਬਾਅਦ ਮੇਨ ਚੀਜ਼ ਜਿਹੜੀ ਹੁੰਦੀ ਵੀ ਹੁਣ ਸੰਗੀਤ ਸਿੱਖਣਾ ਹਾਂਜੀ ਅਤੇ ਫਿਰ ਕਿੰਨਾ ਤੱਕ ਪਹੁੰਚ ਕੀਤੀ ਤੁਸੀਂ ਕਿ ਮੈਨੂੰ ਸੰਗੀਤ ਦੀ ਮੁੱਢਲੀ ਜਿਹੜੀ ਜਾਣਕਾਰੀ ਆ ਤੁਸੀਂ ਲਈ ਕਿਸੇ ਕੋਲੋਂ ਹਾਂਜੀ ਮੈਂ ਮੇਰੇ ਉਸਤਾਦ ਨੇ ਸਰਦਾਰ ਜੋਗਾ ਸਿੰਘ ਜੀ ਜੀ ਇੱਥੇ ਚਰਨ ਕਮਲ ਗੁਰਦੁਆਰਾ ਸਾਹਿਬ ਉਹਨਾਂ ਦੇ ਕੋਲੋਂ ਮੈਂ ਜਿੱਦਾਂ ਜਾਣ ਕਿ ਰਾਗ ਵਿੱਦਿਆ ਜਿਹੜੀ ਆ ਉਹ ਸਿੱਖਿਆ ਅੱਛਾ ਅੱਛਾ ਬਕਾਇਦਾ ਰਾਗ ਵਿੱਦਿਆ ਸਿੱਖੀ ਤੁਸੀਂ ਬਕਾਇਦਾ ਮੈਂ ਮਤਲਬ ਸਿੱਖਿਆ ਜੀ ਅੱਛਾ ਅਤੇ ਫਿਰ ਸਿੱਖ ਕੇ ਫਿਰ ਮੈਂ ਜਿੱਦਾਂ ਉਸ ਵੇਲੇ ਜਿਸ ਵੇਲੇ ਹੈਪੀ ਜੀ ਗੱਲ ਇੱਦਾਂ ਆ ਹਾਂਜੀ ਵੀ ਜਿਸ ਜਦਾਂ ਮੈਂ ਗਾਉਣਾ ਆ ਜੀ ਉਸ ਵੇਲੇ ਪਿੰਡਾਂ ਦੇ ਵਿੱਚ ਜਿੱਦਾਂ ਜਾਣ ਕਿ ਨਾ ਜਿਹੜੀ ਆਡੀਅੰਸ ਆ ਜੀ ਉਹ ਕਲਾਸੀਕਲ ਦਾ ਤਾਂ ਬਿਲਕੁਲ ਜਿੱਦਾਂ ਜਾਣ ਕਿ ਸੁਣਦੇ ਨਹੀਂ ਸੀਗੇ ਹਾਂਜੀ ਕਿਉਂਕਿ ਸਾਡੇ ਫੋਕ ਮੈਂ ਗਾਇਆ ਫੋਕ ਹੀ ਲੋਕ ਸੁਣਦੇ ਸੀਗੇ ਅਸੀਂ ਪਿੰਡਾਂ ਦੇ ਕਲਾਕਾਰ ਆ ਜੀ ਅਤੇ ਮਤਲਬ ਪਿੰਡਾਂ ਦੇ ਵਿੱਚ ਜਿੱਦਾਂ ਸੱਸੀ ਸੋਹਣੀ ਹੀਰ ਰਾਂਝਾ ਮਿਰਜ਼ਾ ਹੈ ਨਾ ਦੁਗਾਣੇ ਵੀ ਹੈ ਨਾ ਅਤੇ ਉਹ ਸੁਣਦੇ ਸੀਗੇ ਜੀ ਮੈਂ ਲਗੋਜਿਆਂ 'ਤੇ ਬਹੁਤ ਗਾਇਆ ਜੀ ਅਤੇ ਇਸ ਤਰ੍ਹਾਂ ਦਾ ਮਤਲਬ ਚੱਲਦਾ ਸੀਗਾ ਜੀ ਅੱਛਾ ਬਕਾਇਦਾ ਤੁਸੀਂ ਸੰਗੀਤ ਸਿੱਖ ਕੇ ਅਤੇ ਫਿਰ ਇਸ ਲਾਈਨ 'ਚ ਆਏ ਹੋ ਜੀ ਫਿਰ ਜਦੋਂ ਤੁਸੀਂ ਸਿੱਖ ਲਿਆ ਸੰਗੀਤ ਸਿੱਖ ਲਿਆ ਹੈ ਨਾ ਸਰਗਮ ਤੋਂ ਸ਼ੁਰੂ ਕਰ ਲਿਆ ਰਾਗਦਾਰੀ ਜਾਂ ਕੁਛ ਤੁਸੀਂ ਸਿੱਖ ਲਿਆ ਸਾਰਾ ਕੁਛ ਹਾਂਜੀ ਫਿਰ ਆਪਣਾ ਮਿਊਜ਼ੀਕਲ ਗਰੁੱਪ ਬਣਾਇਆ ਤੁਸੀਂ ਹਾਂਜੀ ਇੱਥੇ ਮੈਂ ਆਪਣਾ ਮੇਰਾ ਪ੍ਰੋਗਰਾਮ ਸੀਗਾ ਇੱਕ ਲੁਧਿਆਣੇ ਮੇਰਾ ਦਫ਼ਤਰ ਸੀਗਾ ਜੀ ਅੱਛਾ ਇੱਥੇ ਇੱਕ ਬੰਗਿਆਂ ਦੇ ਵਿੱਚ ਮੇਰੇ 2 ਦਫ਼ਤਰ ਸੀਗੇ ਜੀ 2 ਦਫ਼ਤਰ ਇੱਕ ਬੰਗਿਆਂ ਵਿੱਚ ਸੀਗਾ ਜੀ ਅੱਛਾ ਇੱਕ ਜਿੱਥੇ ਸਾਰੇ ਆਰਟਿਸਟਾਂ ਦਾ ਸੀਗਾ ਜੀ ਉਹਨਾਂ ਦੇ ਵਿੱਚ ਆਰਟਿਸਟ ਸੀਗੇ ਜੀ ਜਿੱਦਾਂ ਅਮਰ ਸਿੰਘ ਚਮਕੀਲਾ ਅੱਛਾ ਦਿਦਾਰ ਸੰਧੂ ਜੀ ਜਗਮੋਹਨ ਕੌਰ ਕੇਦੀਪ ਜੀ ਪਾਰਸ ਜੀ ਅਤੇ ਆਪਣੇ ਰੰਗੀਲਾ ਜੱਟ ਵਾਹ ਅਤੇ ਸੁਖਵਿੰਦਰ ਪੰਛੀ ਅਤੇ ਮਤਲਬ ਹੋਰ ਵੀ 1-2 ਕਲਾਕਾਰ ਸੀਗੇ ਜਾਣੀ ਕਿ ਸਾਡਾ ਜਿਹੜਾ ਡਾਕਟਰ ਮੋਗੇ ਵਾਲਾ ਹੈ ਜੀ ਬੱਸ ਸਟੈਂਡ ਦੇ ਸਾਹਮਣੇ ਅਤੇ ਉੱਥੇ ਸਾਡੀ ਉਸ ਬਿਲਡਿੰਗ ਦੇ ਵਿੱਚ ਸਾਡੇ ਦਫ਼ਤਰ ਸੀਗੇ ਜੀ ਇਹ ਬੜਾ ਮਸ਼ਹੂਰ ਦਫ਼ਤਰ ਆ ਲੁਧਿਆਣੇ ਦਾ ਉਹਦੇ ਬਾਰੇ ਬਈ ਚਰਚਾ ਕੇ ਇੱਥੇ ਸਾਰੇ ਕਲਾਕਾਰਾਂ ਦਾ ਉਹ ਗੜ੍ਹ ਹੁੰਦਾ ਸੀ ਇੱਥੇ ਚਮਕੀਲਾ ਜੀ ਤੋਂ ਲੈ ਕੇ ਜਿਵੇਂ ਤੁਸੀਂ ਦਿਦਾਰ ਸੰਧੂ ਜੀ ਦੱਸਿਆ ਸਾਰਿਆਂ ਦਾ ਉਹ ਅੱਛਾ ਉੱਥੇ ਤੁਹਾਡਾ ਬਕਾਇਦਾ ਦਫ਼ਤਰ ਸੀ ਉੱਥੇ ਮੇਰਾ ਦਫ਼ਤਰ ਸੀ ਅਤੇ ਫਿਰ ਪ੍ਰੋਗਰਾਮ ਕਿੰਨੇ ਕੁ ਭਾਅ ਜੀ ਉਹਨਾਂ ਦਿਨਾਂ ਦੇ ਵਿੱਚ ਪ੍ਰੋਗਰਾਮ ਹੈਪੀ ਭਾਅ ਜੀ ਬਹੁਤ ਲੱਗਦੇ ਸੀਗੇ ਅੱਛਾ ਪ੍ਰੋਗਰਾਮ ਤਾਂ ਇੱਦਾਂ ਸੀਗੇ ਮੈਂ ਇੱਕ ਵਾਰੀ ਤੁਹਾਨੂੰ ਦੱਸਾਂ ਗੱਲ ਅਤੇ ਜਿਹੜਾ ਸੀਜ਼ਨ ਸੀਗਾ ਸੀਜ਼ਨ ਸਿਆਲਾਂ ਨੂੰ ਜਿੱਦਾਂ ਜਿਹੜਾ ਚੱਲਦਾ ਸਾ ਪ੍ਰੋਗਰਾਮ ਬੜੇ ਚੱਲਦੇ ਸੀਗੇ ਜੀ ਜੀ ਅਤੇ ਫਿਰ ਜਿੱਦਾਂ ਗੁਰੂ ਰਵਿਦਾਸ ਮਹਾਰਾਜ ਦੇ ਵੀ ਜਿੱਦਾਂ ਜਾਣ ਕੇ ਨਾ ਧਾਰਮਿਕ ਵੀ ਨਾਲ ਧਾਰਮਿਕ ਵੀ ਮੈਂ ਕਰਦਾ ਸੀ ਧਾਰਮਿਕ ਵੀ ਪ੍ਰੋਗਰਾਮ ਕਰੀ ਜਾਂਦਾ ਸੀਗਾ ਬਾਕੀ
एक मैं बड़ा माण बड़ा फखर महसूस करता हाँ जी। मैं कई एह जहा परिवार आ जिथे मैं जिदा उस घर के तीन तीन बारी प्रोग्राम किए वाह। एक मैं उत्थे पहाड़ा दे विच हिमाचल की गल आ जी। एक सरपंच साहब सके मेरे घर पिंड नानोवाल सगा जी। वो तीन बच्चे से तिना बच्चों के उत्ते ब्याह के उत्ते मैं सद्या तुम सद्या। अच्छा रेशम जी मैं थोड़ा जहा पिछे जाना जो तुम गायकी का शौक तुम दस्या कि जो तुम जवानी की दहलीज से आए है ना तुम गायकी का शौक उन्होंने दिनों के कि प्रभावित सके कि गायक उदो सुपरहिट सी अक्सर तुम कि गाँव मैं जिस वेले जिदा जेडे उस्ताद लाल चांद जमला जट क्या बात है हाँ जी मैं उन्होंने प्रभावित उन्होंने जो मैं गाने सुनने आनंद आता बहुत ज्यादा वाह। तो जी कहो तो फिर मैं थोड़ा माड़ा जहा गा के भी सुना क्या बात है जी। असं पहला भी देख रहे तुम भी बकायदा पई है तो आप जरूर जी जमला जी के गीत तो ही असी अज के मतलब जो असं थोड़े को सुनना यमला जी के गीत तो शुरुआत करते हैं ठीक है। हैप्पी जी उस वेले गीत जिहड़ा धार्मिक गीत चलता सगा उस्ताद जमला जट जी का जी ते ओ सगा सतगुरु नानक तेरी लीला ने क्या बात मैं दो बोल उहदे सुनाउणा जी 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 जरूर वाह जी वाह सल्यूट है जी थोड़ी तुम्बी और थोड़ी यमला जी तो चलो एक गायकी का युग कह सकते हैं आप उन्होंने जितों पंजाबी की रिकॉर्डिंग मेरे ख्याल यमला जी तो शुरू होंगी है ना उस तो पहला रिकॉर्डिंग नहीं सी होंगी गायकों की तो अजिहे महापुरशों तो प्रभावित होकर तुम गाँव शुरू किया तो यह गीत फिर अक्सर तुम छोटे होंद भी है गाँव होंगे बिल्कुल जी मैं जिस वे स्पीकर लगे होंगे सर जी जी मैं बोलना जी बड़ा चा चढ़ता मतलब बड़ा फखर महसूस होंगे सर हाँ जी। अच्छा भाजी ਤੁਸੀਂ ਬਕਾਇਦਾ ਜਿਵੇਂ ਦੱਸਿਆ ਸੰਗੀਤ ਸਿੱਖਿਆ ਰਾਗਦਾਰੀ ਸਿੱਖੀ ਹਰਮੋਨੀਅਮ ਨਾਲ ਹੈ ਨਾ ਬਕਾਇਦਾ ਰਾਗਦਾਰੀ ਤੇ ਤੁੰਬੀ ਦੀ ਸਿੱਖਿਆ ਮਤਲਬ ਇਹ ਕਿੰਨਾ ਕੋਲੋਂ ਲਈ ਜਾਂ ਇਹ ਆਪ ਹੀ ਮਿਹਨਤ ਕਰ ਕਰਕੇ ਇਹ ਤੁੰਬੀ ਦਾ ਮੈਂ ਆਪ ਹੀ ਮਿਹਨਤ ਕੀਤੀ ਹੈ ਜੀ ਵਾਹ ਜੀ ਵਾਹ ਆਪ ਮਿਹਨਤ ਕਰਕੇ ਇਹ ਵੀ ਬਹੁਤ ਵੱਡੀ ਗੱਲ ਹੈ ਜੀ ਹਾਂਜੀ ਕਿ ਤੁੰਬੀ ਤੁਸੀਂ ਖੁਦ ਮਿਹਨਤ ਕਰਕੇ ਵਜਾਉਣੀ ਸਿੱਖ ਲਈ ਬਿਲਕੁਲ ਜਿੱਦਾਂ ਹੁਣ ਉਸ ਵੇਲੇ ਤੁੰਬੀ ਦਾ ਯੁੱਗ ਸੀਗਾ ਜੀ ਤੁੰਬੀ ਦਾ ਯੁੱਗ ਅੱਜ ਤਾਂ ਹੁਣ ਤੁੰਬੀ ਜਿਹੜੀ ਅਲੋਪ ਹੁੰਦੀ ਜਾਂਦੀ ਆ ਹਾਂਜੀ ਹਾਂਜੀ ਤੇ ਜਿਹੜੀ ਤੁੰਬੀ ਆ ਤੁਸੀਂ ਜਿੰਨੇ ਵੀ ਪੁਰਾਣੇ ਕਲਾਕਾਰ ਲਾ ਲਓ ਜੀ ਹਾਂਜੀ ਚਾਂਦੀ ਰਾਮ ਚਾਂਦੀ ਜੀ ਜੀ ਲਾਲ ਚੰਦ ਜਮਲਾ ਜੱਟ ਜੀ ਦਿਦਾਰ ਸੰਧੂ ਜੀ ਤੇ ਮਾਨਕ ਭਾਜੀ ਸ਼ਿੰਦਾ ਜੀ ਤੇ ਜਿੰਨੇ ਵੀ ਆਰਟਿਸਟ ਸੀਗੇ ਉਹ ਤੁੰਬੀ ਤੁੰਬੀ ਤੋਂ ਬਿਨਾਂ ਤਾਂ ਲੋਕ ਸੁਣ ਕੇ ਵੀ ਨਹੀਂ ਰਾਜੀ ਸੀਗੇ ਇਹ ਤੁੰਬੀ ਇੰਗਲੈਂਡ 'ਚ ਵੀ ਖੜਕੀ ਆ ਜੀ ਅੱਛਾ ਇਹ ਤੁੰਬੀ ਕੈਨੇਡਾ ਇੰਗਲੈਂਡ ਦੇ ਵਿੱਚ ਅਮਰੀਕਾ ਦੇ ਵਿੱਚ ਖੜਕੀ ਆ ਅਮਰੀਕਾ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਮੈਂ ਪ੍ਰੋਗਰਾਮ ਹੈਪੀ ਭਾਜੀ ਸ਼ੁਰੂ ਕੀਤੇ ਆ ਜੀ ਅੱਛਾ ਗਾਇਕੀ ਦੇ ਤੁਸੀਂ ਹਾਂਜੀ ਇਹ ਤੁੰਬੀ ਤੁਸੀਂ ਆਪਣੇ ਨਾਲ ਹੀ ਰੱਖਦੇ ਹੋ ਦੇਸ਼ ਵਿਦੇਸ਼ ਜਿੱਥੇ ਵੀ ਜਾਂਦੇ ਇਹ ਤੁੰਬੀ ਮੇਰੇ ਨਾਲ ਰਹਿੰਦੀ ਹੈ ਅੱਛਾ ਇਹ ਤੁੰਬੀ ਜਦੋਂ ਮੈਂ ਅਮਰੀਕਾ ਨੂੰ ਜਾਂਦਾ ਨਾਲ ਲੈ ਜਾਂਦਾ ਜੀ ਵਾਹ ਜਦੋਂ ਆਉਣਾ ਆ ਤੇ ਮੈਂ ਨਾਲ ਲੈ ਕੇ ਆਉਂਦਾ ਕੀ ਬਾਤ ਹੈ ਹਾਂਜੀ ਇਹ ਤੁੰਬੀ ਮੈਂ ਇੱਕ ਹੋਰ ਦੱਸਣਾ ਚਾਹਣਾ ਹਾਂਜੀ ਇਹ ਜਿਹੜੀ ਤੁੰਬੀ ਆ ਮਾਨਕ ਭਾਜੀ ਦਾ ਗੀਤ ਆਇਆ ਸੀਗਾ ਇੱਕ ਚੱਲ ਕੇ ਤੇਲ ਚਵਾ ਅੜੀਏ ਹਾਂਜੀ 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 ਉਹਦੇ ਵਿੱਚ ਮੈਂ ਤੁੰਬੀ ਮੈਂ ਵਜਾਈ ਅੱਛਾ ਅੱਛਾ ਕਿਤੇ ਚੱਲ ਕੇ ਤਾਂ ਤੇਲ ਚਵਾ ਅੜਿਆ ਹਾਂਜੀ ਵਾਹ ਉਹਦੇ ਵਿੱਚ ਇਹ ਤੁੰਬੀ ਮੈਂ ਵਜਾਈ ਆ ਉਹ ਰੰਗ ਵੀ ਦਰਸ਼ਕਾਂ ਨਾਲ ਸਾਂਝਾ ਕਰੋਗੇ ਮੈਂ ਇੱਕ ਭਾਜੀ ਉਹਨਾਂ ਦਾ ਸੁਣਾਉਣਾ ਜੀ 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 ਉਹਨਾਂ ਤੋਂ ਵੀ ਮੈਂ ਬੜਾ ਪ੍ਰਭਾਵਿਤ ਹਾਂ ਜਿਹੜਾ ਆਪਣੇ ਕੁਲਦੀਪ ਮਾਨਕ ਜੀ ਜਮਲਾ ਜੀ ਤੋਂ ਬਾਅਦ ਹਾਂਜੀ ਫਿਰ ਜਿਸ ਵੇਲੇ ਕੁਲਦੀਪ ਮਾਨਕ ਭਾਜੀ ਉਹਨਾਂ ਦੀ ਆਵਾਜ਼ ਆਈ ਫਿਰ ਜੀ ਉਹਨਾਂ ਤੋਂ ਵੀ ਮੈਂ ਬੜਾ ਪ੍ਰਭਾਵਿਤ ਹੋਇਆ ਜੀ ਹਾਂਜੀ ਮੈਂ ਅਕਸਰ ਦੇਖਦਾ ਰਹਿੰਦਾ ਹਾਂ ਜੀ ਬਹੁਤ ਮੈਂ ਜਿੱਦਾਂ ਪ੍ਰੋਗਰਾਮਾਂ ਦੇ ਉੱਤੇ ਇੱਥੇ ਵੀ ਜਿੱਦਾਂ ਜਾਣੀ ਕਿ ਨਵੇਂ ਮੁੰਡੇ ਗਾਉਂਦੇ ਆ ਜਾਂ ਮਤਲਬ ਉਹ ਦੇਖਦੇ ਨਹੀਂ ਕਿ ਜਿਹੜੀ ਜਿਹੜੀ ਗੀਤ ਨੂੰ ਲੈ ਆ ਜੀ ਲੈ ਕਿਹੜੀ ਚਾਹੀਦੀ ਆ ਗੀਤ ਨੂੰ ਇੱਕ ਹੈਪੀ ਭਾਜੀ ਇਹ ਬੜੀ ਗੱਲ ਆ ਬੜੀ ਜ਼ਰੂਰੀ ਕਿ ਜਿਹੜਾ ਗੀਤ ਆ ਜੋ ਉਹ ਲੈ ਮੰਗਦਾ ਆ ਉਹੀ ਲੈ ਦੇ ਵਿੱਚ ਗਾਇਆ ਜਾਵੇ ਤਾਂ ਤਾਂ ਆ ਜੇ ਮੈਂ ਦੇਖਿਆ ਕਿ ਆਹ ਜਿਹੜਾ ਮੈਂ ਗੀਤ ਗਾਉਣ ਲੱਗਾ ਮੈਂ ਕਈ ਦੇਖਿਆ ਉਹ ਧੂੜਾ ਹੀ ਪੱਟੀ ਜਾਂਦੇ ਆ ਮਤਲਬ ਪਤਾ ਹੀ ਨਹੀਂ ਹੈਗਾ ਉਹ ਹੈ ਨਾ ਲੈ ਗਲਤ ਰੱਖ ਲੈਂਦੇ ਬਹੁਤ ਸਹੀ ਹੈ ਜੀ
तेरे टिले तो आ सूरत दी जिया हीर दी तेरे टिले तो आ सूरत दी जिया हीर दी ओल वेख गोरखा उड़दी है फुलकारी अच्छा यमला जी तो बाद तुसी जी माणक साहब तो प्रभावित सी गया ना बिल्कुल जी बिल्कुल अजी इकट्ठे ने प्रोग्राम भी हैप्पी भाजी कीते जिवें तुसी दस्या दफ्तर ते फिर माणक साहब दा दफ्तर भी उत्थे ही सी गया मेरे ख्याल नहीं जी अच्छा माणक साहब दा जिहड़ा सीगा दफ्तर ओह थोड़ा इधर हटवा सीगा जी हटवा ओह दूसरी बिल्डिंग दे विच सीगा अच्छा उत्थे अपने माणक भाजी जी धन्ना सिंह रंगीला ओह भी मेरे दोस्त ने ते होर भी कनैल गल जी सच वाह कनैल गल भी उत्थे सीगे ओह इक जन हां जी ओह होर भी उत्थे आर्टिस्ट सीगे ते भाजी उन्हां दा दफ्तर माणक भाजी दा इधर सीगा ते साडा सीगा मोगे वाली बिल्डिंग दे विच जिहदा इहदा मतलब जी जिहड़े उस वेले दे सुपर हिट कलाकार सीगे सारां दी तुसीं संगत माणी है बिल्कुल इहदा मतलब नरेंद्र बीबा जी दी भी तुहानूं संगत मानण दा सुभाग प्राप्त होया बिल्कुल हैप्पी भाजी एक मैं गल दसा जी जगमोहन कौर जी नाल मेरा एक गीत आया सीगा अच्छा मैं तां के दी भाजी एक पासे बोलते हैं जगमोहन कौर जी एक पासे बोलते हैं एच एन बी का गीत सीगा जी वो सुन अम्मीए मेरे दिल दी जी ते हुण भी तुसी किते ला के सुनियो मेरी आवाज एक वखरी जन की दीदी आ ओहदे विच सुन अच्छा जगमोहन कौर जी नाल भी गाया होया उन्होंने ड्यूट हां जी ते फिर नरेंद्र बीबा जी की तुसी गल कीती आ जी असीं बहुत वारी एक स्टेजां ते इकट्ठे होए जी ते एक मैं गल दसनी चाहुंदा साडे इत्थे इलाके दे विच ना बापू इंद्र सिंह जी की जगह है जी ते मैं छोटा जिहा हुंदा सीगा जिद्दां जण कि जिहड़ा मैं मतलब ना उत्थे असीं इक पट्ठा सीगा उत्थे कोल असीं उत्थों इट्टां लैण गए सीगे जी ते मतलब ओह तीजे नराते मेरा ख्याल तीजे चौथे नराते मेला शुरू हुंदा जी अच्छा बड़ी करनी वाली जगह जी बापू इंद्र सिंह जी दी जी हेड़ियां दे हेड़ियां है ना अच्छा ਤਾਂ ਉੱਥੇ ਮੈਂ ਨਾ ਮਤਲਬ ਗਿਆ ਅਤੇ ਮੈਂ ਉੱਥੇ ਬੈਠਾ ਸੀਗਾ ਅਤੇ ਉੱਥੇ ਕਲਾਕਾਰ ਕੋਈ ਆਏ ਸੀ ਮੈਨੂੰ ਹੁਣ ਇਹ ਨਹੀਂ ਪਤਾ ਲੱਗਦਾ ਹੈਗਾ ਵੀ ਕਲਾਕਾਰ ਕੌਣ ਸੀਗੇ ਜਾਂ ਵਿਚਾਰੇ ਅਸੀਂ ਦੁਨੀਆ ਵਿੱਚ ਹੈਗੇ ਵੀ ਆ ਜਾਂ ਹੈ ਨਹੀਂ ਜਦ ਮੈਂ ਉੱਥੇ ਮੈਂ ਬੈਠ ਕੇ ਮਤਲਬ ਇੱਕ ਮੇਰੇ ਇੱਕ ਛਨਾਟਾ ਛਾਇਆ ਮੇਰੇ ਸਰੀਰ ਦੇ ਵਿੱਚ ਮੇਰੇ ਰੌਂਗਟੇ ਖੜੇ ਹੋ ਗਏ ਕਿ ਮੈਂ ਵੀ ਕਿਸੇ ਦਿਨ ਇਸ ਕਲਾਕਾਰਾਂ ਵਾਂਗਰ ਗਾਊਂਗਾ ਗਾਵਾਂਗਾ ਹਾਂਜੀ ਅਤੇ ਫਿਰ ਹੈਪੀ ਭਾਅ ਜੀ ਉੱਥੇ ਵੀ ਇੱਦਾਂ ਦਾ ਮੌਕਾ ਮੈਨੂੰ ਮਿਲਿਆ ਅਤੇ ਇੱਕ ਵਾਰੀ ਉੱਥੇ ਨਾ ਪਿੰਡ ਦੋ ਆ ਇੱਕ ਰਾਪੁਰ ਡੱਬਾ ਅਤੇ ਇੱਕ ਹੇੜੀਆਂ ਉਹ ਕੰਪੀਟੀਸ਼ਨ ਕਰਾਉਂਦੇ ਸਿੰਗਰਾਂ ਦਾ ਜੀ ਕੰਪੀਟੀਸ਼ਨ ਕਰਾਉਂਦੇ ਆ ਤੇ ਉਹ ਜਾਣਕੀ ਉਹ ਨਹੀਂ ਸਪੀਕ ਉਹ ਕਹਿੰਦੇ ਸਾਡਾ ਬਾਪੂ ਇੰਦਰ ਸਿੰਘ ਜੀ ਆ ਉਹ ਕਹਿੰਦੇ ਸਾਡਾ ਬਾਪੂ ਇੰਦਰ ਸਿੰਘ ਜੀ ਹਾਂਜੀ ਤੇ ਉਹ ਗੱਭੇ ਇੱਕ ਸੜ ਕੇ ਹੀ ਆ ਉਹ ਨਹੀਂ ਸਪੀਕਰ ਉੱਧਰ ਨੂੰ ਬਹੁਤ ਕੀਤੇ ਹੁੰਦੇ ਉਹ ਨਹੀਂ ਉੱਧਰ ਇੱਕ ਸਾਲ ਮੈਨੂੰ ਯਾਦ ਆ ਮੂਹਰੇ ਸਾਡੇ ਹੇੜੀਆਂ ਵੱਲੋਂ ਮੇਰਾ ਖਿਆਲ ਗੁਰਮੀਤ ਬਾਬਾ ਜੀ ਸੀਗੇ ਤੇ ਰਾਪੁਰ ਡੱਬੇ ਵੱਲੋਂ ਮੈਂ ਸੀਗਾ ਤੇ ਜਗਮੋਹਨ ਕੌਰ ਜੀ ਸੀਗੇ ਇੱਕ ਦੋ ਕਲਾਕਾਰ ਉੱਥੇ ਹੋਰ ਵੀ ਉੱਦਾਂ ਆਏ ਹੋ ਸੀਗੇ ਹਾਂਜੀ ਤੇ ਫਿਰ ਇੱਕ ਵਾਰੀ ਫਿਰ ਮੈਨੂੰ ਬੁੱਕ ਕਰਕੇ ਲੈ ਕੇ ਗਏ ਹੇੜੀਆਂ ਵੱਲ ਜੀ ਤੇ ਮੇਰੇ ਆਪੋਜੀਸ਼ਨ ਦੇ ਵਿੱਚ ਸੀਗੇ ਨਰਿੰਦਰ ਬੀਬਾ ਜੀ ਵਾਹ ਹੁਣ ਮੈਂ ਤੁਹਾਨੂੰ ਦੱਸਾਂ ਜੀ ਫਿਰ ਮਤਲਬ ਨਰਿੰਦਰ ਬੀਬਾ ਜੀ ਇੱਕ ਐਡੇ ਵੱਡੇ ਕਲਾਕਾਰ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਆ ਬਿਲਕੁਲ ਪਰ ਜੋ ਆਡੀਅੰਸ ਸੁਣਦੀ ਸੀ ਉਹ ਤਾਂ ਨਹੀਂ ਧਾਰਮਿਕ ਗਾਉਣਾ ਸੀਗਾ ਮੈਨੂੰ ਹੇੜੀਆਂ ਵਾਲੇ ਨੇ ਇਹ ਗੱਲ ਕਹਿ ਦਿੱਤੀ ਫਿਰ ਇੱਕੋ ਹੀ ਧਾਰਮਿਕ ਗੀਤ ਗਾਉਣਾ ਆ ਤੇ ਬਾਕੀ ਚੱਕ ਲਓ ਰੱਖ ਲਓ ਚੱਕ ਲਓ ਰੱਖ ਲਓ ਜਿਸ ਵੇਲੇ ਫਿਰ ਹੈਪੀ ਭਾਅ ਜੀ ਆ ਤੂੰ ਵੀ ਖੜਕੀ ਦੁਕਾਨਿਆਂ ਨੂੰ ਵਾਹ ਫਿਰ ਜਿੰਨੇ ਉੱਧਰ ਉਹ ਸਿਰਫ ਜਿਹੜੇ ਪਿੰਡ ਵਾਲੇ ਸੀਗੇ ਰਾਪੁਰ ਡੱਬੇ ਵਾਲੇ ਉਹੀ ਫਿਰ ਬੈਠੇ ਰਹਿ ਗਏ ਉੱਥੇ ਅੱਛਾ ਬਾਕੀ ਤਾਂ ਫਿਰ ਸਾਰੀ ਦੁਨੀਆ ਟੁੱਟ ਕੇ ਇੱਧਰ ਆ ਗਈ ਹੇੜੀਆਂ ਉਹ ਕਹਿੰਦੇ ਬੰਦੇ ਬਸ ਇੱਧਰ ਆਪਣੇ ਪ੍ਰੋਗਰਾਮ ਜੰਮਣਾ ਚਾਹੀਦਾ ਫਿਰ ਉੱਥੇ ਦੁਕਾਨੇ ਗਾਏ ਸਿੰਗਲ ਗਾਏ ਹੈ ਨਾ ਤੇ ਬੜੀ ਮੈਂ ਮਾਣ ਇਸ ਗੱਲ ਦਾ ਫਖਰ ਮਤਲਬ ਮਹਿਸੂਸ ਕਰਦਾ ਤੇ ਇੱਕ ਤੁਸੀਂ ਦੇਖ ਲਿਆ ਸਾਡੇ ਪਿੰਡ ਦੇ ਵਿੱਚ ਆ ਸਾਡੇ ਡੇਰੇ ਵਿੱਚ ਕਿਸੇ ਨੂੰ ਮੇਰੇ ਇਲਾਕੇ ਦੇ ਵਿੱਚ ਪੁੱਛ ਕੇ ਮੇਰੇ ਬਾਰੇ ਦੇਖੋ ਮੈਨੂੰ ਪਿਆਰ ਬਹੁਤ ਕਰਦੇ ਆ ਬਹੁਤ ਪਿਆਰ ਕਰਦੇ ਆ ਮੈਂ ਇਹਨਾਂ ਦਾ ਬਹੁਤ ਰਿਣੀ ਹਾਂ ਇੰਗਲੈਂਡ ਵਿੱਚ 84 ਦੇ ਵਿੱਚ ਤੂੰ ਵੀ ਬੜੀ ਖੜਕੀ ਉਸ ਵੇਲੇ ਜਿਹੜੇ ਕਹਿੰਦੇ ਕਹਾਉਂਦੇ ਉੱਥੇ ਅਲਾਪ ਗਰੁੱਪ ਹੋਰ ਜਿਹੜੇ ਜਿਹੜੇ ਆਪਣੇ ਏ ਐਸ ਕੰਗ ਆ ਉਹ ਮੇਰੇ ਫਰੈਂਡ ਨੇ ਤੇ ਉਹਨਾਂ ਨੇ ਮੇਰੇ ਦੋ ਪ੍ਰੋਗਰਾਮ ਤਾਂ ਉਹਨੇ ਹੈਪੀ ਭਾਅ ਜੀ ਕਰਾਏ ਉੱਥੇ ਅੱਛਾ ਉਹਨੇ ਆਪਣੇ ਮੈਨੂੰ ਮਜੀਸ਼ੀਅਨ ਸਾਰੇ ਦਿੱਤੇ ਫ੍ਰੀ ਉਹ ਕਹਿੰਦੇ ਨਾ ਤੇਰੇ ਜਿੰਨਾ ਪੈਸਾ ਆ ਸਭ ਤੇਰਾ ਆਪਣੇ ਕੋਲੋਂ ਨਹੀਂ ਪੇਮੈਂਟ ਕੀਤੀ ਕੰਗ ਭਾਅ ਜੀ ਨੇ ਤੇ ਫਿਰ ਇਹ ਅਮਰੀਕਾ ਵਿੱਚ ਮੈਂ ਪ੍ਰੋਗਰਾਮ ਮੈਂ ਸ਼ੁਰੂ ਕੀਤੇ ਕਨੇਡਾ ਵਿੱਚ ਤੂੰ ਵੀ ਖੜਕੀ ਮੈਂ ਇਹਨਾਂ ਜਿੱਦਾਂ ਇੰਗਲੈਂਡ ਦਾ ਕਨੇਡਾ ਦਾ ਅਮਰੀਕਾ ਦਾ ਮੈਂ ਬਹੁਤ ਉੱਥੇ ਦੇ ਲੋਕਾਂ ਦਾ ਵੀ ਰਿਣੀ ਆ ਜੀ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਪ੍ਰੋਗਰਾਮ ਚੱਲ ਰਿਹਾ ਜੀ ਹੀਰੇ ਪੰਜਾਬ ਦੇ ਅਤੇ ਮੇਰੇ ਨਾਲ ਨੇ ਪ੍ਰਸਿੱਧ ਗਾਇਕ
रेशम सिंह जी रेशम मिलते हैं छोटी जी ब्रेक तो बाद। ब्रेक तो बाद तुहाडा स्वागत है जी। तो प्रोग्राम चल रहा हीरे पंजाब दे, मेरे नाल ने पंजाब दे प्रसिद्ध गायक रेशम सिंह जी रेशम। अच्छा भाजी, जिवें तुसीं दस्या कि उस दौर दे विच तुहानू प्रबंधकां ने भी कहा कि चक लो वाले गाने, वो एक दौर इदां दा सीगा जदों गाने चकवे गाने जिहड़े ओह ज़्यादा लोग सुणदे सीगे जी। तो जिन्ना क मैं जानता, जिन्ने क मैं कलाकारां नाल मिलिया, मैनू मैं ये भी सुनिया कि HMV उस वेले इक्को ही कंपनी सी शायद, है ना? हाँ जी। तो कंपनी भी उन्होंने रिकॉर्ड करती सी जिहड़ा चकवे गाउंदा सी। की ये सच्चाई है इस गल च कि चकवे गाने गाउणे मजबूरी सी कलाकारां दी? नहीं हैप्पी भाजी, गल इदां सीगी। हाँ जी, उस वेले दौरे इदां दा सीगा जिद्दां जण कि ना जिहड़े लोग सीगे जी, ऑडियंस जिहड़ी ਸੀਗੀ ਉਹ ਨਾ ਜਿੱਦਾਂ ਜਾਣੀ ਕਿ ਫੋਕ ਸੁਣ ਕੇ ਰਾਜੀ ਸੀਗੀ, ਦੁਗਾਣੇ ਸੁਣ ਕੇ ਰਾਜੀ ਸੀਗੇ, ਸਿੰਗਲ ਵੀ ਚੱਲਦੇ ਸੀਗੇ ਸਿੰਗਲ ਵੀ। ਲੇਕਿਨ ਮੈਂ ਇੱਕ ਬੇਨਤੀ ਕਰਦਾ ਕਿ ਜਿਹੜੇ ਜਿੱਦਾਂ ਜਿਹਦੇ ਕਲਾਸੀਕਲ ਗਾਉਂਦੇ ਸੀ ਜੀ, ਜਿੱਦਾਂ ਹੁਣ ਪੂਰਨ ਸ਼ਾਹਕੋਟੀ ਜੀ ਹੋ ਗਏ ਜੀ ਜੀ, ਹੈ ਨਾ, ਬਟਾਲੀ ਬ੍ਰਦਰ ਜੀ ਹੋ ਗਏ, ਹੈ ਨਾ, ਬਰਕਤ ਸਿੱਧੂ ਜੀ ਹੋ ਗਏ, ਹਾਂਜੀ ਬਰਕਤ ਸਿੱਧੂ ਜੀ ਹੋ ਗਏ। ਇਹ ਬਿਲਕੁਲ ਮਤਲਬ ਜਿੱਦਾਂ ਜਾਣੀ ਕਿ ਜਿਹੜੇ ਹੁਣ ਰੇਡੀਓ ਦੇ ਇਹ ਹੀਰੋ ਕਲਾਕਾਰ ਸੀਗੇ ਜੀ ਜੀ, ਹਾਂਜੀ ਏ ਕਲਾਸ ਦੇ ਇਹ ਕਲਾਕਾਰ ਸੀਗੇ, ਪਰ ਆਡੀਅੰਸ ਦੇ ਵਿੱਚ ਉਸ ਵੇਲੇ ਮਤਲਬ ਨਹੀਂ ਸੁਣ ਕੇ ਰਾਜੀ ਸੀਗੇ ਜੀ, ਕਿਉਂਕਿ ਲੋਕਾਂ ਨੂੰ ਕਲਾਸੀਕਲ ਦਾ ਨਹੀਂ ਪਤਾ ਸੀਗਾ, ਉਹਨਾਂ ਨੂੰ ਸਮਝ ਨਹੀਂ ਸੀ, ਹਾਂ, ਸੰਗੀਤ ਦੇ ਸਮਝ ਲੈਵਲ ਹੀ ਉਹਨਾਂ ਦਾ ਫੋਕ ਤੱਕ। ਅਤੇ ਅਸੀਂ ਤਾਂ ਉਹਨਾਂ ਦੇ ਜਿੱਦਾਂ ਜਿਹਨਾਂ ਦੇ ਮੈਂ ਨਾਂ ਲਏ ਉਹਨਾਂ ਦੇ ਅਸੀਂ ਪੈਰਾਂ ਵਰਗੇ ਵੀ ਨਹੀਂ ਹੈਗੇ, ਜਿੱਦਾਂ ਉਹਨਾਂ ਦੇ ਉਹ ਤਾਂ ਬਹੁਤ ਵਧੀਆ ਸ਼ਖਸੀਅਤਾਂ ਨੇ, ਅਤੇ ਪਰ ਜਾਣੀ ਕਿ ਲੋਕ ਜਿਹੜੀ ਫੋਕ ਸੁਣ ਕੇ ਰਾਜੀ ਸੀਗੇ। ਅਤੇ ਹੁਣ ਅੱਜ ਦਾ ਜਿਹੜਾ ਜਿਹੜੀ ਮੇਰੀ ਰਿਕਾਰਡਿੰਗ ਵੀ ਮੈਂ ਤੁਹਾਨੂੰ ਦੱਸਦਾ ਜੀ ਜੀ, ਸਭ ਤੋਂ ਪਹਿਲਾਂ ਮੇਰੀ ਰਿਕਾਰਡਿੰਗ ਜਿਹੜੀ ਆ ਜੀ ਉਹ ਚਰਨਜੀਤ ਹੂਜਾ ਸਾਹਿਬ ਨੇ ਕੀਤੀ ਹੈ ਜੀ। ਵਾਹ, ਉਹ ਵੀ ਬੜੀ ਤਗੜੀ ਪ੍ਰਾਪਤੀ ਹੈ ਉਹਨਾਂ ਦਿਨਾਂ ਦੇ ਵਿੱਚ। ਹਾਂਜੀ ਭਾਜੀ, ਉਸ ਵੇਲੇ ਜਿਹੜੀ HMV ਕੰਪਨੀ ਆ ਜੀ ਉਹਦੇ ਵਿੱਚ ਮੇਰਾ ਖਿਆਲ ਆ ਵੀ ਅੱਧ ਨਾਲੋਂ ਜ਼ਿਆਦਾ ਕਲਾਕਾਰ ਤਾਂ ਜਦੋਂ ਪੌੜੀਆਂ ਚੜ੍ਹਦੇ ਸੀਗੇ ਸੁਰਾਂ ਭੁੱਲ ਜਾਂਦੇ ਸੀਗੇ, ਜਹੀਰ ਸਾਹਿਬ ਦੇ ਕੋਲ ਜਾਣਾ ਜਿੱਦਾਂ ਉੱਥੇ ਤੂੰ ਵੀ ਸੁਰ ਕਰਨੇ ਭੁੱਲ ਜਾਂਦੇ ਸੀਗੇ ਚਰਨਜੀਤ ਹੂਜਾ ਸਾਹਿਬ ਦੇ ਸਾਹਮਣੇ। ਸਹੀ ਗੱਲ, ਅਤੇ ਆਪਣੇ ਜਹੀਰ ਸਾਹਿਬ ਜਿਹੜੇ ਆ, ਅਤੇ ਜਿਹੜੀ ਮੇਰੀ ਪਹਿਲੀ ਰਿਕਾਰਡਿੰਗ ਹੋਈ ਆ ਚਰਨਜੀਤ ਭਾਜੀ ਹੋਣੀ ਕੀਤੀ ਆ ਜੀ, ਅਤੇ ਉਹਨਾਂ ਦੀ ਫਿਰ ਕਿਆ ਬਾਤ ਆ, ਉਹ ਤਾਂ ਫਿਰ ਇੱਦਾਂ ਉਹ ਟੱਸ ਦੀ ਮੱਸ ਨਹੀਂ ਹੋਣ ਦਿੰਦੇ ਹੈਗੇ ਜੀ, ਮਤਲਬ ਇਹ ਨਹੀਂ ਕਿ ਮਤਲਬ ਇੱਥੇ ਕੁਛ ਹੋ ਗਿਆ ਇੱਦਾਂ ਹੋ ਗਿਆ ਨਾ, ਪੂਰੀ ਮਤਲਬ ਜਿੱਦਾਂ ਉਹਨਾਂ ਨੇ ਪਹਿਲੀ ਮੇਰੀ ਉਹਨਾਂ ਨੇ ਰਿਕਾਰਡਿੰਗ ਕੀਤੀ, ਰਿਦਮ ਕੰਪਨੀ ਸੀਗੀ ਇੱਕ ਜੀ, ਮੇਰਾ ਉੱਥੇ EP ਕੀਤਾ ਜੀ ਉਹਨੇ। ਅੱਛਾ, ਅਤੇ ਉਹ ਤੋਂ ਬਾਅਦ ਫਿਰ ਮੇਰੀ ਭਾਜੀ ਹੋਣੀ ਚਰਨਜੀਤ ਹੂਜਾ ਸਾਹਿਬ ਨੇ HMV ਵਿੱਚ ਕੀਤੀ ਰਿਕਾਰਡਿੰਗ ਦੀ ਜੀ, ਉਹ ਵੀ ਚਲੋ ਮੈਂ ਦੱਸ ਦਿੰਦਾ ਜਾ ਕਿ ਜਿਹੜੇ ਟਾਈਟਲ ਹੈਗੇ ਆ, ਬਿਲਕੁਲ ਬਿਲਕੁਲ, ਹਾਂਜੀ, ਜਿਹੜੇ ਟਾਈਟਲ ਰਿਦਮ ਦੇ ਵਿੱਚ ਭਾਜੀ ਹੋਣੀ ਕੀਤੇ ਸੀਗੇ ਉਹ ਸੀਗੇ ਲੈ ਜਾ ਮੇਰੀ ਹਿਕਮਤ ਜੀ, ਦੁਗਾਣੇ ਇੱਦਾਂ ਦੇ ਚੱਲਦੇ ਸੀ, ਦੁਗਾਣੇ ਸੀਗੇ ਉਹ, ਦੁਗਾਣੇ ਸੀਗੇ ਜੀ ਜੀ, ਅਤੇ ਫਿਰ ਉਸ ਤੋਂ ਬਾਅਦ ਚਰਨਜੀਤ ਭਾਜੀ ਹੋਣੀ ਕੀਤੀ ਮੇਰੀ HMV ਦੇ ਵਿੱਚ, ਉਹ ਸੀਗਾ ਮੇਰਾ EP ਡਰਾਈਵਰਾਂ ਦੀ ਡਾਂਗ ਕਰਕੇ, ਡਰਾਈਵਰਾਂ ਦੀ ਡਾਂਗ ਕਰਕੇ, ਉਹ ਵੀ ਡਿਊਟੀ ਸੀਗੇ, ਉਹ ਵੀ ਦੁਗਾਣੇ ਸੀਗੇ ਜੀ ਜੀ। ਉਸ ਤੋਂ ਬਾਅਦ ਫਿਰ ਆਪਣੇ HMV ਦੇ ਵਿੱਚ ਕੇਸਰ ਨੂਰੂਲਾ ਸਾਹਿਬ ਜੀ ਜੀ, ਉਹਨਾਂ ਨੇ ਫਿਰ ਮੇਰੀ ਰਿਕਾਰਡਿੰਗ ਕੀਤੀ, ਕਿਆ ਬਾਤ, ਉਹ ਸੀਗਾ ਆਪਣੇ ਟਾਈਟਲ, ਮੇਰਾ ਖਿਆਲ ਬਾਅਦ ਵਿੱਚ ਚੇਂਜ ਕਰਕੇ ਵੀ ਜਾਂ ਹੋਰ ਆਏ ਹੈਗੇ ਆ, ਲੇਕਿਨ ਉਸ ਵੇਲੇ ਉਹਦਾ ਟਾਈਟਲ ਰੱਖਿਆ ਤਾਂ ਅਮਲੀ ਦੀਆਂ ਸਕੀਮਾਂ ਜੀ, ਉਹਦੇ ਵਿੱਚ ਮੇਰੇ ਵੀ ਦੁਗਾਣੇ ਸੀਗੇ ਜੀ, ਅਤੇ ਪਰਗਟ ਤੇਜੀ ਦੇ ਸੀਗੇ ਜੀ, ਅਤੇ ਇੱਕ ਫੱਕਰ ਸਿੰਘ, ਫੱਕਰ ਮੇਰਾ ਖਿਆਲ ਜਿੱਦਾਂ ਕਲਾਕਾਰ ਸੀਗਾ ਜੀ ਜੀ, ਹੈ ਨਾ, ਅਤੇ ਉਹ ਮੁੜ ਕੇ ਨਹੀਂ ਆਇਆ, ਮੈਨੂੰ ਫਿਰ ਪਤਾ ਲੱਗਾ, ਮੈਨੂੰ ਬੜਾ ਸੀਗਾ ਵੀ ਮੈਂ ਕਿਹਾ ਕਿੱਧਰ ਉਹ ਮੁੰਡਾ ਵਧੀਆ ਗਾਉਂਦਾ ਸੀਗਾ, ਅਤੇ ਮੈਨੂੰ ਪਤਾ ਲੱਗਾ ਉਹਦੀ ਡੈਥ ਹੋ ਗਈ ਜੀ, ਅਤੇ ਕੋਈ ਉਹਦਾ ਹੀ ਅੱਛਾ, ਤੁਹਾਡਾ ਤਿੰਨਾਂ ਦਾ ਉਹ ਤਿੰਨ ਮੇਰੇ ਖਿਆਲ ਇੱਕ ਹਾਕਮ ਆਪਣੇ ਸੀਗਾ, ਹਾਕਮ ਬਖਤਰੀ ਵਾਲਾ, ਉਹ ਸਾਡਾ ਇਕੱਠਿਆਂ ਦਾ LP ਸੀਗਾ ਜੀ ਉਹ। ਵਾਹ, ਹਾਂਜੀ, ਇਹ ਮੇਰੇ ਖਿਆਲ ਤੁਸੀਂ ਗੱਲ ਕਰ ਰਹੇ ਹੋ 82-83 ਦੀ? ਹਾਂਜੀ, ਇਹ 83 ਦੇ ਵਿੱਚ ਆਇਆ ਜੀ, 83 ਵਿੱਚ ਆਇਆ ਉਸ ਦੌਰ ਦੇ ਵਿੱਚ। 83 ਦੇ ਵਿੱਚ ਦੇਖੋ ਜੀ, ਜੇ ਪੰਜਾਬੀ ਗਾਇਕੀ ਦੀ ਗੱਲ ਕਰੀਏ, ਅਮਰ ਸਿੰਘ ਚਮਕੀਲਾ ਬੜੇ ਸਰਗਰਮ ਸੀਗੇ 83 'ਚ ਮੇਰੇ ਖਿਆਲ, ਹੈ ਨਾ, ਬਿਲਕੁਲ, ਦੀਦਾਰ ਸੰਧੂ ਜੀ, ਅਤੇ ਫਿਰ ਤੁਹਾਡੇ ਦਫ਼ਤਰ ਇਕੱਠੇ ਸੀਗੇ, ਫਿਰ ਕਿੱਦਾਂ ਦਾ ਤੁਹਾਡਾ ਮਾਹੌਲ ਉੱਥੇ, ਆਪਸੀ ਆਪਾਂ ਕਹਿ ਲਈਏ ਭਾਈਚਾਰਾ ਜਾਂ ਗੱਲਬਾਤ ਜਾਂ ਮਾਹੌਲ ਕਿੱਦਾਂ ਦਾ ਬਣਦਾ ਸੀ ਫਿਰ? ਉਹ ਹੈਪੀ ਭਾਅ ਜੀ ਇੱਦਾਂ ਸੀਗਾ ਜੀ ਵੀ ਸਾਡਾ ਕਲਾਕਾਰਾਂ ਦਾ ਮਾਹੌਲ ਬਹੁਤ ਵਧੀਆ ਸੀਗਾ ਜੀ। ਪਹਿਲੀ ਗੱਲ ਸੀਗੀ, ਅਸੀਂ ਇੱਕ ਦੂਜੇ ਨਾਲ ਜਿੰਨੇ ਵੀ ਕਲਾਕਾਰ ਸੀਗੇ ਜੈਲਸ ਨਹੀਂ ਕਰਦੇ ਸੀ ਜੀ, ਈਰਖਾ ਨਹੀਂ ਕਰਦੇ ਸੀਗੇ। ਇੱਕ ਵਾਰੀ ਮੈਂ ਤੁਹਾਨੂੰ ਗੱਲ ਸੁਣਾਉਣਾ ਜੀ ਜੀ, ਹੈਪੀ ਭਾਅ ਜੀ ਡਾਕਟਰ ਮੋਕੇਵਾਲੀ ਦੀ ਬਿਲਡਿੰਗ ਦੇ ਵਿੱਚ ਜੀ, ਇਹ ਆਪਣੇ ਦੀਦਾਰ ਭਾਜੀ ਹੋਣੀ ਦੀਦਾਰ ਸੰਧੂ ਸਾਹਿਬ ਜੀ ਇਹ ਬੈਠੇ ਸੀਗੇ, ਅਤੇ ਮਤਲਬ ਉਹਨਾਂ ਨੂੰ ਕੋਈ ਜਿੱਦਾਂ ਪ੍ਰੋਗਰਾਮ ਬੁੱਕ ਕਰਾਉਣ ਆ ਗਿਆ। ਅੱਛਾ, ਜਿਸ ਵੇਲੇ ਕੋਈ ਪਾਰਟੀ ਆ ਗਈ ਪ੍ਰੋਗਰਾਮ ਬੁੱਕ ਕਰਾਉਣ, ਅਤੇ ਉਹਨਾਂ ਭਾਜੀ ਹੋਣੀ ਮਤਲਬ ਬੁੱਕ ਸੀਗੇ ਉਸ ਦਿਨ ਜੀ, ਤਾਂ ਉਹ ਬੰਦੇ ਜਿਹੜੇ ਸੀਗੇ ਬੜੇ ਨਾਰਾਜ਼ ਹੋਏ ਇਸ ਗੱਲ ਤੋਂ, ਮਤਲਬ ਜਿੱਦਾਂ ਉਹਨਾਂ ਦਾ ਹਿਰਦਾ ਬੜਾ ਮਤਲਬ ਹੈ ਨਾ, ਜਿੱਦਾਂ ਇੱਦਾਂ ਹੋਇਆ ਕਿ ਮੈਂ ਅਸੀਂ ਭਾਜੀ ਹੁਣ ਲੈ ਕੇ ਜਾਣਾ ਸੀਗਾ, ਇਹਨਾਂ ਨੂੰ ਲੈ ਕੇ ਜਾਣਾ ਸੀਗਾ, ਅਤੇ ਫਿਰ ਇਹ ਬੁੱਕ ਹੈ ਨਾ ਜੀ, ਅਤੇ ਫਿਰ ਉਹ ਭਾਜੀ ਹੁਣਾਂ ਨੂੰ ਕਹਿੰਦੇ ਵੀ ਅਸੀਂ ਕੀ ਕਰੀਏ ਜੀ। ਇਹ ਦੀਦਾਰ ਸੰਧੂ ਸਾਹਿਬ ਨੇ, ਮੈਂ ਦੱਸਣਾ ਚਾਹੁੰਦਾ ਜੀ, ਇਹ ਇੱਕ ਗੱਲ ਕਹੀ ਸੀਗੀ ਕਿ
जे मेरी पसंदीदा कलाकार लैके जाना अच्छा। ते तुसी रेशम सिंह रेशम नूं बुक कर लो जिन्हें वह पैसे मंगता है जे उहदा प्रोग्राम फेल हो गया तो दुगने आके मेरे तो ले रहे हो ये ददार संधू भाजी ने डॉक्टर मोगे वाले के सामने उत्थे वो बैठे से कट्ठे तो उन्होंने सामने कहे भी जिन्हें पैसे मंगता लै लो उन्होंने बुक कर लो रेशम सिंह रेशम जे जो प्रोग्राम फेल हो गया थानू चंगा ना लगा वो तो दुगने आके पैसे मेरे तो ले रहे हो। मैं एडा खुशकिस्मत कलाकार है जी। क्या बात है जी, क्या पूरी उस वे सिखरां ते मतलब ताडा जिन्ने भी उन्हां दफ्तरां दे विच तुसीं सीगे जां बाकी कलाकार सीगे उन्हां मैं सुनिया कि लाइनां लग्गियां रहिंदियां सी बुक करन वालियां दी क्योंकि एक ते मेरे ख्याल सेंटरी लुधियाणा सीगा कलाकारां दा होर कलाकार लुधियाणे ही मिलदे सीगे भी कारण सीगा। हाँ जी, ये भी सीगा पर मेरे बंगिया दे विच इलाके दे विच जी असीं कोई कोई कलाकार बन दिंदे सी इत्थे इत्थे बंगिया विच भी फिर जाने की पूरियां धुम्मां सीआं इस इलाके विच जिन्ने भी पिंड आ बंगिया दे हलके दे विच जी उत्थे साडे ही प्रोग्राम लगदे सीगे जी। आहो ते फिर ताडे लगदे ते साडा एरिया सीगा ताडा अपना एरिया सीगा इधर ले इधर मैं लाई जांदा सीगा उधरले उधर लाई जांदा सीगा जी पर मैं उत्थों थोड़े चिर बाद जी मैं बाहर भी चल गया सीगा जी जी जी। तो मैं दसा भी हैप्पी भाजी ये ना मतलब जोड़ा साडा लास्ट जोड़ा प्रोग्राम से जी ए मैं लगता 87 की गल है मैं लगता जी 86 87 मेरा तो चमकीले का अच्छा ये कट्ठिया का साडा प्रोग्राम रैपे से जी अच्छा रैपे बाबा नाहक कमल राजा साहब जी का गुरद्वारा साहब है जी तो उत्थे मेला लगता है जी तो मेरे जेडे फुफड़ जी आ सरदार स्वर्गी सरदार गुरबख्श सिंह जी जी तो वो उत्थे मेला उही लवाउंदे सीगे जी तो जिदा मजारे साडे राजा साहब का मजारा जी उत्थे फिर झिंगड़ा पिंड आ जी झिंगड़ी ये तीन मेले साडे जिदा बाबा नाहक कमल राजा साहब जी के लगते सी फिर असी एक ही स्टेज के उत्ते सीगे जी मैं तो चमकीला अच्छा जी। हाँ जी 87 ਜੇ ਤੁਸੀਂ ਤਾਂ ਚਮਕੀਲਾ ਜੀ ਨੇ ਇਕੱਠੀ ਸਟੇਜ ਲਾਈ ਅਸੀਂ ਕੋਈ ਥਾਂ ਸੀ ਹਾਂਜੀ ਇਕੱਠਿਆਂ ਨੇ ਇੱਕ ਸਟੇਜ ਤੇ ਸੀ। ਵਾਹ ਜੀ, ਕੋਈ ਯਾਦ ਹੈ ਤੁਹਾਨੂੰ ਕੋਈ ਉਹਨਾਂ ਨਾਲ ਜੁੜੀ ਹੋਈ ਇਸ ਵੇਲੇ ਯਾਦ ਆ ਰਹੀ ਹੈ ਕੋਈ ਯਾਦ? ਮੈਨੂੰ ਹੈ ਮਤਲਬ ਹੈਪੀ ਭਾਜੀ ਜਿਸ ਵੇਲੇ ਮੇਰੇ ਇੱਕ ਦੋਸਤ ਸੀਗੇ ਇੰਗਲੈਂਡ ਤੋਂ ਆਏ ਜੀ ਤਾਂ ਉਹ ਕਹਿੰਦੇ ਅਸੀਂ ਚਮਕੀਲੇ ਨੂੰ ਲੈ ਕੇ ਜਾਣਾ ਇੰਗਲੈਂਡ ਅੱਛਾ ਤੇ ਫੇਰ ਨਾ ਮਤਲਬ ਮੈਂ ਜੀ ਤੇ ਚਮਕੀਲਾ ਜੀ ਤੇ ਨਾਲ ਸੀਗੇ ਆਪਣੇ ਹਰਜੀਤ ਗਿੱਲ ਹਨ ਜੀ ਤੇ ਇੱਕ ਉਹਨਾਂ ਦਾ ਡਰਾਈਵਰ ਸੀਗਾ ਅਸੀਂ ਫਿਰ ਚਾਰੇ ਜਣੇ ਜਿੱਦਾਂ ਮਤਲਬ ਉੱਥੋਂ ਆਏ ਲੁਧਿਆਣੇ ਤੋਂ ਜੀ ਇੱਕ ਗੱਡੀ ਦੇ ਵਿੱਚ ਜੀ ਤਾਂ ਜਦ ਵੇਲੇ ਆਏ ਤੇ ਮਾਲ ਪਿੰਡ ਪੈਂਦਾ ਕੋਈ ਮਾਲ ਖੁਰਦਿਆ ਪਤਾ ਨਹੀਂ ਗਰਾਇਆਂ ਦੇ ਕੋਲ ਜੀ ਅਸੀਂ ਫਿਰ ਉੱਥੇ ਬੈਠੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਨਾ ਤੇ ਇੰਗਲੈਂਡ ਜਾਣ ਦੀ ਹੈ ਨਾ ਜੀ ਤਾਂ ਵੈਸੇ ਪ੍ਰੋਗਰਾਮਾਂ 'ਤੇ ਵੀ ਅਸੀਂ ਇਕੱਠੇ ਹੁੰਦੇ ਰਹਿੰਦੇ ਪ੍ਰੋਗਰਾਮ 'ਤੇ ਹੁੰਦੇ ਰਹਿੰਦੇ ਸੀ। ਹਾਂਜੀ, ਚਮਕੀਲੇ ਦਾ ਨੇਚਰ ਬਹੁਤ ਵਧੀਆ ਸੀਗਾ, ਬਹੁਤ ਚੰਗਾ ਮੁੰਡਾ ਸੀਗਾ ਜੀ, ਬਹੁਤ ਵਧੀਆ ਸੀਗਾ ਅਤੇ ਮੈਂ ਮਤਲਬ ਜਿੰਨੇ ਮੇਰੇ ਦਰਸ਼ਕ ਆ ਮੈਂ ਬੇਨਤੀ ਕਰਦਾ ਜੀ ਕਿ ਜਿਹੜਾ ਮਤਲਬ ਜਿਹੜੇ ਜਿੱਦਾਂ ਕੋਈ ਕਲਾਕਾਰ ਨੂੰ ਜਿੱਦਾਂ ਕਹਿੰਦੇ ਫਿਰ ਮਾਰ ਦਿਓ ਜੀ, ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਲਾਕਾਰ ਨੂੰ ਮਾਰੋ ਨਾ, ਜੇ ਤੁਹਾਨੂੰ ਕਲਾਕਾਰ ਚੰਗਾ ਨਹੀਂ ਲੱਗਦਾ ਉਹਨੂੰ ਸੁਣਨਾ ਬੰਦ ਕਰ ਦਿਓ ਜੀ ਜੀ, ਕਿਉਂਕਿ ਕਲਾਕਾਰ ਸੁਣਨਾ ਤੁਸੀਂ ਬੰਦ ਕਰ ਦਿੱਤਾ ਕਲਾਕਾਰ ਮਰ ਗਿਆ। ਉਹ ਤਾਂ ਵੈਸੇ ਮਰ ਗਿਆ, ਕਲਾਕਾਰ ਨੂੰ ਮਾਰੋ ਨਾ ਪਲੀਜ਼। ਇਹ ਕਲਾਕਾਰ ਜਿਸ ਵੇਲੇ ਰੱਬ ਬਹੁਤ ਖੁਸ਼ ਹੁੰਦਾ ਪਰਮਾਤਮਾ ਸੱਚੇ ਪਾਤਸ਼ਾਹ ਤਾਂ ਕਲਾਕਾਰ ਪੈਦਾ ਕਰਦਾ, ਤਾਂ ਕਲਾਕਾਰ ਪੈਦਾ। ਇੱਕ ਖਿਡਾਰੀ, ਹਾਂਜੀ ਕੋਈ ਭਲਵਾਨ ਹੋਇਆ ਕੋਈ ਖਿਡਾਰੀ ਹੋਇਆ, ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਕਲਾਕਾਰਾਂ ਨੂੰ ਮਾਰੋ ਨਾ। ਕਲਾਕਾਰਾਂ ਨੂੰ ਜੇ ਤੁਸੀਂ ਚੰਗਾ ਨਹੀਂ ਸਮਝਦੇ, ਕੋਈ ਬੁਰਾ ਗਾਉਂਦਾ ਆ ਤੁਹਾਨੂੰ ਨਹੀਂ ਚੰਗਾ ਲੱਗਦਾ, ਅਤੇ ਜੈਲਸ ਵਿੱਚ ਆ ਕੇ ਈਰਖਾ ਦੇ ਵਿੱਚ ਆ ਕੇ ਪਲੀਜ਼ ਪਲੀਜ਼ ਕਲਾਕਾਰ ਨੂੰ ਮਾਰੋ ਨਾ, ਕਲਾਕਾਰ ਨੂੰ ਸੁਣਨਾ ਬੰਦ ਕਰ ਦਿਓ, ਕਲਾਕਾਰ ਮਰ ਗਿਆ ਆਪੇ। ਵਾਹ ਜੀ ਵਾਹ, ਕਿਹਾ ਬਹੁਤ ਹੀ ਇਮੋਸ਼ਨਲ ਤੁਹਾਡੇ ਸ਼ਬਦ ਭਾਅ ਜੀ, ਕਿਉਂਕਿ ਇੱਦਾਂ ਦੀਆਂ ਬੜੀਆਂ ਘਟਨਾਵਾਂ ਅੱਜ ਦੇ ਦੌਰ ਦੇ ਵਿੱਚ ਵੀ ਦੇਖੋ ਸਿੱਧੂ ਮੂਸੇਵਾਲੇ ਨਾਲ ਇੰਜ ਹੀ ਹੋਇਆ ਜੀ। ਬਿਲਕੁਲ, ਮੁੰਡਾ ਕਿੰਨਾ ਟੌਪ ਅਤੇ ਸਟਾਰ ਕਲਾਕਾਰ ਆ, ਠੀਕ ਹੈ ਤੁਹਾਡੀ ਗੱਲ ਆ, ਉਹਨੂੰ ਸੁਣਨਾ ਬੰਦ ਕਰ ਦਿਓ ਅਤੇ ਗਾਣੇ ਨਾ ਸੁਣੋ, ਲੇਕਿਨ ਕਿਸੇ ਨੂੰ ਮਾਰ ਦੇਣਾ ਕੋਈ ਐਡੀ ਤਕੜੀ। ਹੁਣ ਇੱਕ ਮੈਂ ਬੇਨਤੀ ਕਰਦਾ ਕਿ ਜਿੱਦਾਂ ਸਿੱਧੂ ਮੂਸੇਵਾਲਾ, ਜੇ ਤੁਸੀਂ ਉਹਨਾਂ ਨੂੰ ਜਿੱਦਾਂ ਲਾਈਕ ਨਹੀਂ ਕਰਦੇ ਹੈਗੇ, ਸੁਣਨਾ ਪਸੰਦ ਨਹੀਂ ਕਰਦੇ ਸੀਗੇ ਨਾ, ਕੋਈ ਗੱਲ ਨਹੀਂ ਨਾ ਸੁਣੋ ਹੈ ਨਾ, ਅਤੇ ਮਤਲਬ ਜਿਹੜਾ ਮਾਰਨਾ ਆ ਇਹ ਬਹੁਤ ਮਾੜੀ ਗੱਲ ਆ। ਅੱਜ ਉਹਨਾਂ ਦੇ ਮਾਂ ਬਾਪ ਦਾ ਕੀ ਹਾਲ ਹੋ ਗਿਆ, ਉਹ ਇਕੱਲਾ ਹੀ ਇਕੱਲਾ ਪੁੱਤ ਸੀਗਾ ਹੈ ਨਾ, ਥੋੜ੍ਹਾ ਸੋਚ ਕੇ ਮੈਂ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ, ਮੈਂ ਮਤਲਬ ਉਹਨਾਂ ਨੂੰ ਇਹ ਮੈਂ ਰਿਕੁਐਸਟ ਕਰਦਾ ਕਿ ਪਲੀਜ਼ ਗਾਹਾਂ ਬਾ ਇੱਕ ਗੱਲ ਜ਼ਰੂਰ ਕਰ ਲਓ, ਮੇਰੇ ਕੰਮ ਸਾਰੇ ਹੋ ਗਏ ਮੈਨੂੰ ਮਾਰ ਦਿਓ। ਮੈਂ ਬੇਨਤੀ ਕਰਦਾ ਕਿ ਮੇਰੀਆਂ ਮੇਰੇ ਬੱਚੇ ਵੀ ਵਿਆਹ ਹੋ ਗਏ ਆ, ਜੇ ਤੁਸੀਂ ਕਿਸੇ ਨੂੰ ਮਾਰਨਾ ਕੋਈ ਇਕੱਲਾ ਪੁੱਤ ਨਾ ਮਾਰਿਓ, ਮੇਰੇ ਸਾਰੇ ਕੰਮ ਹੋ ਗਏ ਆ, ਅਤੇ ਮੈਨੂੰ ਜੇ ਕਿਸੇ ਹੋਰ ਨੂੰ ਮਾਰਨਾ ਮੈਨੂੰ ਮਾਰ ਦਿਓ, ਕਿਸੇ ਕਲਾਕਾਰ ਨੂੰ ਨਾ ਮਾਰਿਓ ਪਲੀਜ਼। ਦੋਸਤੋ ਸਾਡੇ ਨਾਲ ਨੇ ਰੇਸ਼ਮ ਸਿੰਘ ਜੀ, ਰੇਸ਼ਮ ਮਿਲਦੇ ਹਾਂ ਛੋਟੀ ਜੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ, ਅਤੇ ਪ੍ਰੋਗਰਾਮ ਚੱਲ ਰਿਹਾ ਹੀਰੇ ਪੰਜਾਬ ਦੇ, ਮੇਰੇ ਨਾਲ ਨੇ ਪੰਜਾਬ ਦੇ ਪ੍ਰਸਿੱਧ ਗਾਇਕ ਰੇਸ਼ਮ ਸਿੰਘ ਜੀ। ਰੇਸ਼ਮ ਰੇਸ਼ਮ ਭਾਅ ਜੀ, ਫਿਰ ਬਾਹਰ ਜਾਣ ਦਾ ਕਿਹੜੀ ਸੰਨ 'ਚ ਬਣ ਗਿਆ ਤੁਹਾਡਾ? ਬਾਹਰ ਫਿਰ ਮੈਂ ਬਾਅਦ ਵਿੱਚ ਜਿੱਦਾਂ 84 'ਚ ਮੈਂ ਸਿਰਫ ਇੰਗਲੈਂਡ ਗਾਉਣ ਵਾਸਤੇ ਗਿਆ ਸੀਗਾ ਹੈਪੀ। ਅੱਛਾ ਜੀ, ਠੀਕ ਹੈ। ਅਤੇ ਉੱਥੇ
ਇਹੋ ਜਿਹੀ ਮਹਾਰਾਜ ਦੀ ਕਿਰਪਾ ਹੋਈ ਜੀ। ਫਿਰ ਉੱਥੇ ਰੇਸ਼ਮ ਸਿੰਘ ਹੋ ਗਿਆ ਜੀ, ਹੋ ਗਿਆ। ਹਾਂਜੀ, ਤੇ ਮਤਲਬ ਉੱਥੇ ਮੈਨੂੰ ਟਾਈਮ ਨਹੀਂ ਮਿਲਦਾ ਸੀਗਾ, ਵੀਕਐਂਡ 'ਤੇ ਮੇਰਾ ਸੈਚਰਡੇ ਸੰਡੇ ਬੀਜ਼ੀ ਹੁੰਦਾ ਸੀਗਾ ਜੀ। ਫਿਰ ਜਿੱਦਾਂ ਉੱਥੇ ਹੈਪੀ ਭਾਅ ਜੀ, ਜਿਹੜੇ ਮਤਲਬ ਨਾ ਜਿੱਦਾਂ ਉੱਥੇ ਦੇ ਨਿਆਣੇ ਬੱਚੇ ਆ ਨਾ ਜਿਹੜੇ, ਉਹਨਾਂ ਨੂੰ ਜਿਹੜਾ ਕਲਾਕਾਰ ਚੰਗਾ ਲੱਗਦਾ ਉਹ ਕਹਿੰਦੇ ਜਾਤੀ ਉਹ ਕਲਾਕਾਰ ਵਿਹਲਾ ਨਹੀਂ ਹੈਗਾ, ਉਹ ਵਿਆਹ ਨਹੀਂ ਕਰਾਉਂਦੇ ਹੈਗੇ। ਫਿਰ ਉਹਨੇ ਕਹਿਣਾ ਵੀ ਰੇਸ਼ਮ ਸਿੰਘ ਰੇਸ਼ਮ ਨੂੰ ਲੈ ਕੇ ਆਉਣਾ ਜੀ। ਜੇ ਉਹਨੇ ਕਹਿਣਾ ਵੀ ਉਹਦੀ ਡੇਟ ਨਹੀਂ ਬੁੱਕ ਜਿੱਦਾਂ ਵਿਹਲੀ ਹੈਗੀ ਤਾਂ ਫਿਰ ਵਿਆਹ ਅੱਗੇ ਕਰ ਲਓ ਜੀ ਜੀ। ਹਾਂਜੀ, ਫਿਰ ਇੱਦਾਂ ਮੇਰੇ ਉੱਥੇ ਪ੍ਰੋਗਰਾਮ ਚੱਲਦੇ ਸੀਗੇ ਜੀ। ਤੇ ਆਹ ਤੁੰਬੀ ਬੜੀ ਖੜਕੀ ਉੱਥੇ, ਲੋਕਾਂ ਨੇ ਮੈਨੂੰ ਇੰਨਾ ਮਾਣ ਦਿੱਤਾ ਜਾਣਕੀ, ਤੇ ਮੈਂ ਬੜਾ ਧੰਨਵਾਦੀ ਹਾਂ ਜੀ ਉਹਨਾਂ ਦਾ। ਨਹੀਂ ਅੱਜ ਕੱਲ੍ਹ ਤਾਂ ਮੇਰੇ ਖਿਆਲ ਤੁਸੀਂ ਯੂ ਐਸ ਏ ਸੈਟਲ ਹੋ ਨਾ ਇਸ ਵੇਲੇ? ਮੈਂ ਯੂ ਐਸ ਏ, ਉੱਤੋਂ ਇੰਗਲੈਂਡ ਤੋਂ ਬਾਅਦ ਫਿਰ ਯੂ ਐਸ ਏ ਚਲੇ ਗਿਆ। ਇੰਗਲੈਂਡ ਤੋਂ ਬਾਅਦ ਮੈਂ ਫਿਰ ਯੂ ਐਸ ਏ ਚਲ ਗਿਆ, ਕਿਉਂਕਿ ਜਿਹੜਾ ਇੱਥੇ ਦਾ ਦੌਰ ਆ ਬਹੁਤ ਖਰਾਬ ਹੋ ਗਿਆ ਸੀਗਾ ਜੀ ਜੀ ਜੀ। ਇੱਕ ਮੈਂ ਹੋਰ ਬੇਨਤੀ ਕਰ ਦਵਾਂ, ਮੈਂ ਸਿੱਖ ਕਮਿਊਨਿਟੀ ਨੂੰ ਮੈਂ ਬਿਲੋਂਗ ਕਰਦਾ, ਮੈਂ ਵੀ ਸਿੱਖ ਧਰਮ ਦੇ ਵਿੱਚ ਪੈਦਾ ਹੋਇਆ। ਮੈਂ ਜਿਹੜੇ ਆਪਣੇ ਜਿਹਨਾਂ ਨੇ ਅੰਮ੍ਰਿਤ ਛਕਿਆ ਮੈਂ ਬਹੁਤ ਰਿਸਪੈਕਟ ਕਰਦਾ, ਮੇਰੇ ਦੋਸਤ ਇੰਨੇ ਨੇ ਜਿਹਨਾਂ ਨੇ ਅੰਮ੍ਰਿਤ ਛਕਿਆ। ਜਿਸ ਵੇਲੇ ਉਸ ਵੇਲੇ ਜਿਹੜੇ ਸਹੀ ਬੰਦੇ ਸੀਗੇ ਹੈਪੀ ਭਾਅ ਜੀ ਜੀ, ਉਹ ਜਿਹੜੇ ਸੀਗੇ ਉਹ ਗਲਤ ਕੰਮ ਨਹੀਂ ਕਰਦੇ ਸੀਗੇ ਜੀ। ਜਿਹੜੇ ਜਾਣਕੀ ਨਾ ਜਿਹੜੇ ਮਤਲਬ ਉਹਨਾਂ ਨੂੰ ਮੈਂ ਕੀ ਦਰਜਾ ਦੇਵਾਂ, ਕੀ ਉਹਨਾਂ ਨੂੰ ਮੈਂ ਕੀ ਕਹਾਂ, ਹੈ ਨਾ, ਉਹਨਾਂ ਨੇ ਅਸਲਾ ਚੱਕ ਕੇ ਉਹਨਾਂ ਨੇ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਉਹ ਇਹ ਨਹੀਂ ਸੋਚਦੇ ਸੀਗੇ ਕਿ ਜਿਹੜੇ ਚੰਗੇ ਸਿੱਖੀ ਦੇ ਵਿੱਚ ਜਿਹੜੇ ਆ ਬੰਦੇ ਹੈਗੇ ਆ ਜਿਹੜੇ ਕੰਮ ਕਰ ਰਹੇ, ਵਧੀਆ ਕੰਮ ਕਰ ਰਹੇ ਆ, ਹੈ ਨਾ। ਹੁਣ ਜਿਹੜਾ ਉਹ ਕਹਿੰਦੇ ਜਿਹੜੇ ਚੰਗੇ ਸੀਗੇ ਉਹ ਕਹਿੰਦੇ ਦਾਜ ਨਾ ਲੈਵੋ ਇਹ ਮਾੜਾ ਕੰਮ ਸੀਗਾ, ਹੈ ਨਾ। ਜੇ ਉਹ ਕਹਿੰਦੇ ਸੀ ਲੱਚਰ ਨਾ ਗਾਵੋ ਇਹ ਮਾੜਾ ਕੰਮ ਸੀਗਾ ਕੋਈ, ਜੇ ਉਹ ਸਾਰੇ ਚੰਗੇ ਕੰਮ ਕਰਦੇ ਸੀਗੇ। ਜਿਹੜਾ ਅਸਲਾ ਜੰਗ ਬਲੱਡ ਦੇ ਵਿੱਚ ਉਹਨਾਂ ਦੇ ਹੱਥਾਂ ਵਿੱਚ ਆ ਗਿਆ, ਉਹਨਾਂ ਨੇ ਉਹ ਗਲਤ ਉਹਨਾਂ ਨੂੰ ਸਮਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਹੈ ਨਾ। ਉਹਨੇ ਜਾ ਕੇ ਗਲਤ ਕੰਮ ਕੀਤੇ, ਹੈ ਨਾ, ਲੁੱਟਾਂ ਖੋਹਾਂ ਵੀ ਕੀਤੀਆਂ ਉਹਨਾਂ ਦੇ ਵਿੱਚ ਗਲਤ ਅੰਸਰ ਆ ਗਏ ਕੁਛ। ਪਹਿਲੀ ਗੱਲ ਹੈ, ਜਿਸ ਵੇਲੇ ਮੈਨੂੰ ਪਤਾ ਅਸੀਂ ਉੱਥੇ ਇਕੱਠੇ ਹੁੰਦੇ ਸੀਗੇ, ਸ਼ਿੰਦਾ ਭਾਅ ਜੀ, ਮੈਂ ਸਾਰੇ ਦਰਦਾਰ ਸੰਧੂ, ਅਸੀਂ ਉੱਥੇ ਦੋ ਕੁ ਮੁੰਡੇ ਆ ਕੇ ਜਾਣਕੀ ਸਾਡੇ ਕੋਲ ਪੈਸੇ ਮੰਗਦੇ ਸੀਗੇ। ਉਹ ਕਹਿੰਦੇ ਪੈਸੇ, ਹੁਣ ਦੱਸੋ ਇੱਕ ਜਾਣਕੀ ਜਿਹਨੇ ਅੰਮ੍ਰਿਤ ਛਕਿਆ ਆ ਜਿਹੜੇ ਸਿੱਖੀ ਦੇ ਵਿੱਚ ਪੂਰੇ ਆ, ਉਹ ਕਹਿੰਦੇ ਇੱਦਾਂ ਪੈਸੇ ਮੰਗ ਲੈਣਗੇ? ਮੈਨੂੰ ਪਤਾ ਸੀਗਾ ਮੈਂ ਨਹੀਂ ਪੈਸੇ ਦਿੱਤੇ ਹੈਗੇ, ਸਾਰਿਆਂ ਨੇ ਦਿੱਤੇ ਆ। ਮੈਨੂੰ ਲੱਗਦਾ ਸ਼ਿੰਦੇ ਭਾਅ ਜੀ ਵੀ ਦਿੱਤੇ ਹੋਣੇ ਆ, ਦਰਦਾਰ ਭਾਅ ਜੀ ਨੇ ਵੀ ਦਿੱਤੇ ਹੋਣੇ ਆ, ਸਾਰਿਆਂ ਨੇ ਦਿੱਤੇ ਆ। ਪਰ ਮੈਂ ਕਿਹਾ ਇੱਥੇ ਬੈਠੇ ਰਹੋ, ਪ੍ਰੋਗਰਾਮ ਤਾਂ ਮੈਂ ਹੁਣ ਬੁੱਕ ਨਹੀਂ ਕੋਈ ਹੁੰਦਾ ਹੈਗਾ, ਜਿਹੜੇ ਮੈਂ ਕੋਈ ਪ੍ਰੋਗਰਾਮ ਬੁੱਕ ਹੋ ਗਿਆ ਕੋਈ ਨਾ ਕੋਈ ਆ ਗਿਆ, ਜਿਹੜਾ ਐਡਵਾਂਸ ਹੋ ਗਿਆ ਉਹ ਲੈ ਲਿਓ ਫਿਰ ਤੁਸੀਂ, ਜਿਹੜਾ ਦੇ ਕੇ ਜਾਓਗੇ ਸਾਨੂੰ। ਅਤੇ ਉਹ ਬੰਦੇ ਬਾਅਦ ਵਿੱਚ ਨਿਕਲੇ, ਉਹ ਪਤਾ ਨਹੀਂ ਕੋਈ ਕੁੜੀ ਕਾੜੀ ਕੱਢ ਕੇ ਭੱਜ ਗਏ, ਪਤਾ ਨਹੀਂ ਕੌਣ ਸੀਗੇ, ਹੈ ਨਾ। ਅਤੇ ਮੈਂ ਇੱਕ ਗੱਲ ਹੋਰ ਵੀ ਸੀਗੀ, ਪਰ ਮੈਨੂੰ ਜਿਹੜੇ ਸਹੀ ਬੰਦੇ ਸੀਗੇ ਮੈਨੂੰ ਪਤਾ ਸੀਗਾ ਵੀ ਚੰਗੇ ਜਿਹੜੇ ਬੰਦੇ ਚੰਗੇ ਕੰਮ ਕਰਦੇ ਆ, ਜਿਹੜੇ ਸਿੱਖ ਆ, ਸਿੱਖ ਕੋਈ ਇੱਦਾਂ ਦੇ ਗਲਤ ਕੰਮ ਨਹੀਂ ਕਰਦੇ ਹੈਗੇ। ਉਹ ਸਿੱਖਾਂ ਨੂੰ ਬਦਨਾਮ ਕਰਨ ਲੱਗੇ ਸੀਗੇ ਜੀ ਜੀ ਜੀ। ਮਤਲਬ ਉਸ ਮਾਹੌਲ ਦੀ ਬਦੌਲਤ ਕਹਿ ਸਕਦੇ ਜਾਂ ਉਸ ਮਾਹੌਲ ਦਾ ਕਾਰਨ ਤੁਸੀਂ ਫਿਰ ਯੂ ਐਸ ਏ ਸੈਟਲ ਹੋਣ ਦਾ ਮਨ ਬਣਾ ਲਿਆ, ਹੈ ਨਾ। ਮੈਂ ਤਾਂ ਫਿਰ ਇੱਦਾਂ ਤੱਕ ਲਿਆ, ਫਿਰ ਉੱਥੇ ਕਲਾਕਾਰੀ ਕਿਵੇਂ ਚੱਲਦੀ ਘੈਂਟ ਉੱਥੇ? ਹੈਪੀ ਭਾਅ ਜੀ ਜਿਹੜੀ ਕਲਾਕਾਰ ਆ ਜੀ, ਕਲਾਕਾਰੀ ਉੱਥੇ ਕਲਾਕਾਰ ਉਸ ਵੇਲੇ ਹੈ ਨਹੀਂ ਸੀਗੇ ਜੀ। ਸਭ ਤੋਂ ਪਹਿਲਾਂ ਮੈਂ ਬੜਾ ਮਾਣ ਨਾਲ ਕਹਿੰਦਾ, ਨਿਊਯਾਰਕ ਦੇ ਵਿੱਚ ਜਿਹੜੇ ਪ੍ਰੋਗਰਾਮ ਸ਼ੁਰੂ ਕੀਤੇ ਉਹ ਮੈਂ ਕੀਤੇ। ਵਾਹ, ਅੱਛਾ, ਮੈਂ ਤੁਹਾਨੂੰ ਰੋਕ ਰਿਹਾ, ਤੁਸੀਂ ਉਹ ਕਿੱਥੇ ਸੈਟਲ ਹੋ ਅੱਜ ਕੱਲ੍ਹ, ਉੱਥੇ ਕਿਹੜੀ ਸਟੇਟ 'ਚ? ਮੈਂ ਪਹਿਲਾਂ ਜਿੱਦਾਂ ਨਿਊਯਾਰਕ ਸੀਗਾ ਜੀ ਰਹਿੰਦਾ ਜੀ, ਹੁਣ ਮੈਂ ਨਿਊਜਰਸੀ ਵਿੱਚ ਰਹਿੰਦਾ। ਅੱਛਾ, ਨਿਊਜਰਸੀ। ਹਾਂਜੀ, ਬਿਲਕੁਲ ਨਾਲ ਹੈ ਜੀ ਨਿਊਯਾਰਕ ਦੇ। ਅੱਛਾ, ਪ੍ਰੋਗਰਾਮ ਜਿਹੜੇ ਅਮਰੀਕਾ ਦੇ ਵਿੱਚ ਪੰਜਾਬੀ ਕਲਾਕਾਰਾਂ ਦੇ ਸ਼ੁਰੂ ਹੋਏ ਹੋ ਤੁਸੀਂ ਕੀਤੇ? ਬਿਲਕੁਲ ਜੀ, ਮੈਂ ਪਹਿਲਾਂ ਉੱਥੇ ਵੀ ਫਿਰ ਬਿਜ਼ੀ ਰਿਹਾ ਕੰਮ ਬਹੁਤ, ਉੱਥੇ ਬਹੁਤ ਪ੍ਰੋਗਰਾਮ ਲੱਗਦੇ ਸੀਗੇ ਜੀ, ਮੇਰੇ ਤਿੰਨ ਤਿੰਨ ਚਾਰ ਚਾਰ ਪ੍ਰੋਗਰਾਮ ਬੁੱਕੇ ਹੁੰਦੇ ਸੀਗੇ। ਉੱਥੇ ਵੀ ਇੱਦਾਂ ਕੀਤੀ, ਮੈਨੂੰ ਇੱਕ ਵਾਰੀ ਯਾਦ ਆ, ਮੇਰਾ ਦੁਪਹਿਰ ਦਾ ਮੇਲੇ ਦਾ ਪ੍ਰੋਗਰਾਮ ਸੀਗਾ ਨਿਊਜਰਸੀ ਦੇ ਵਿੱਚ, ਤੇ ਰਾਤ ਨੂੰ ਮੇਰਾ ਕੈਨੇਡਾ ਵਿੱਚ ਪ੍ਰੋਗਰਾਮ ਸੀਗਾ ਜੀ। ਉੱਥੋਂ ਫਲਾਈਟ ਫੜੀ, ਟੋਰਾਂਟੋ ਜਾ ਕੇ ਪ੍ਰੋਗਰਾਮ ਕੀਤਾ ਜੀ, ਇੱਦਾਂ ਪ੍ਰੋਗਰਾਮ ਚੱਲਦੇ ਸੀਗੇ। ਬਹੁਤ ਕਿਸਮਤ ਵਾਲੇ ਹੋ ਜੀ। ਫਿਰ ਉੱਥੇ ਜਿਵੇਂ ਪੰਜਾਬ 'ਤੇ ਤੁਹਾਡੀ ਜ਼ਿਆਦਾਤਰ ਦੁਗਾਣਿਆਂ ਤੁਸੀਂ ਗਾਏ, ਉੱਥੇ ਵੀ ਡਿਊਟ ਰੱਖਿਆ ਕਿ ਉੱਥੇ ਫਿਰ ਸੋਲੋ ਕਰਤੀ ਗਈ? ਉੱਥੇ ਦੁਗਾਣੇ ਵੀ ਗਾਏ ਆ ਜੀ। ਅੱਛਾ, ਅਤੇ ਸੋਲੋ ਵੀ ਜੀ ਜੀ। ਹਾਂਜੀ, ਦੁਗਾਣੇ ਵੀ ਚੱਲਦੇ ਰਹੇ। ਅੱਛਾ, ਜਿਹੜੇ ਤੁਸੀਂ ਦੁਗਾਣੇ ਗਾਏ ਆ ਜੀ, ਤੁਹਾਡੇ ਨਾਲ ਕਿਹੜੇ ਕਿਹੜੀਆਂ ਗਾਇਕਾਵਾਂ ਨੇ ਮੇਨ ਗਾਇਆ ਤੁਹਾਡੇ ਨਾਲ? ਅੱਛਾ, ਮੈਂ ਦੱਸਣਾ ਚਾਹੁੰਦਾ, ਪਹਿਲਾਂ ਤਾਂ ਮੇਰਾ ਜਿੱਦਾਂ ਅਸੀਂ, ਮੈਂ ਇੱਕ ਸਾਲ ਇੱਥੇ ਜਦੋਂ ਇੰਡੀਆ ਵਿੱਚ ਸੀਗਾ ਜੀ, ਅਤੇ ਉਸ ਵੇਲੇ ਅਸੀਂ ਹਿਸਾਰ ਵਿੱਚ ਰਹੇ, ਅਤੇ ਪਰਵਿੰਦਰ ਸੰਧੂ ਜੀ, ਵਾਹ, ਅਸੀਂ ਇੱਕ ਸਾਲ ਇਕੱਠਿਆਂ ਨੇ ਗਾਇਆ ਜੀ। ਹਾਂਜੀ, ਅਤੇ ਫਿਰ ਮੈਂ ਜਦੋਂ, ਪਹਿਲਾਂ ਮੇਰਾ ਦਫ਼ਤਰ ਉੱਥੇ ਨਹੀਂ ਸੀਗਾ, ਅਤੇ ਮੈਂ ਮਤਲਬ ਇੱਥੋਂ ਬੰਗਿਆ ਤੋਂ ਜਾਣਾ ਲੁਧਿਆਣੇ, ਮੈਂ ਜਦੋਂ ਭਾਵਾਂ ਦੋ ਦਿਨ ਰਹਾਂ ਤਿੰਨ ਦਿਨ ਰਹਾਂ, ਮੈਂ ਉੱਥੇ ਮਤਲਬ ਉਹਨਾਂ ਦੇ ਕੋਲ ਉੱਥੇ ਹੀ ਰਹਿੰਦਾ ਸੀਗਾ ਜੀ। ਹਾਂਜੀ, ਅਤੇ ਪਹਿਲਾਂ ਅਸੀਂ ਹਿਸਾਰ ਦੇ ਵਿੱਚ ਸੀਗੇ ਜੀ। ਅੱਛਾ, ਹਿਸਾਰ ਵਿੱਚ ਸਾਡਾ ਉੱਥੇ ਮਤਲਬ ਦਫ਼ਤਰ ਸੀਗਾ ਸਾਡਾ, ਮਤਲਬ ਜੇ ਮਹੀਨੇ ਵਿੱਚ 30 ਦਿਨ ਤਾਂ 30 ਦਿਨੇ ਪ੍ਰੋਗਰਾਮ ਸੀਗੇ ਸਾਡੇ, ਬਠਿੰਡੇ ਇਲਾਕੇ 'ਚ ਬਹੁਤ ਆਏ। ਤੁਹਾਡੇ ਤੇ ਪਰਮਿੰਦਰ ਸੰਧੂ ਜੀ ਨੇ? ਹਾਂਜੀ, ਅਸੀਂ ਇਕੱਠਿਆਂ ਨੇ ਬਹੁਤ। ਉਹਨਾਂ ਦੇ ਇਲਾਵਾ ਤੁਹਾਡੀਆਂ ਜਿਹੜੀਆਂ ਰਿਕਾਰਡਿੰਗਸ ਆਉਂਦੀਆਂ ਉਹ ਕਿਹੜੇ ਕਿਹੜੀਆਂ ਸਿੰਗਰਾਂ ਨਾਲ ਆਈ? ਰਿਕਾਰਡਿੰਗ ਜਿਹੜੀ ਆ ਮੇਰੀ ਵਾਈਫ ਦੇ ਨਾਲ। ਅੱਛਾ ਜੀ। ਹਾਂਜੀ, ਬਲਵੀਰ ਕੌਰ ਜੀ। ਹਾਂਜੀ, ਬਲਵੀਰ ਕੌਰ ਜੀ ਦੇ ਨਾਲ, ਜਿਹੜੀ ਚਰਨਜੀਤ।
ਕਿਹੜੇ ਸਬਜੈਕਟ ਤੇ ਹੁਣ ਤੁਸੀਂ ਗੀਤ ਗਾਏ? ਹੁਣ ਹੈਪੀ ਭਾਅ ਜੀ, ਪਹਿਲਾਂ ਤਾਂ ਮੈਂ ਕੀਤਾ ਸੀਗਾ ਮਾਪਿਆਂ ਦਾ ਸਤਿਕਾਰ ਜੀ, ਕਿਉਂਕਿ ਜਿਸ ਵੇਲੇ ਮੈਂ ਇੱਕ ਜਿਹੜੇ ਮੇਰੇ ਦਰਸ਼ਕ ਨੇ ਜੀ ਹੀਰੇ ਪੰਜਾਬ ਦੇ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਉਸ ਵਿੱਚ ਜਿੱਦਾਂ, ਕਿਉਂਕਿ ਕਲਾਕਾਰ ਗਾਉਂਦਾ ਆ ਜਿੱਦਾਂ ਦੀ ਲੋਕਾਂ ਨੇ ਸੁਣਨਾ ਆ ਉੱਦਾਂ ਦਾ ਕਲਾਕਾਰ ਨੂੰ ਗਾਉਣਾ ਪੈਂਦਾ, ਜਿਹੜੇ ਬੁੱਕ ਕਰਕੇ ਲੈ ਕੇ ਜਾਂਦੇ ਆ, ਜੇ ਉਹਨਾਂ ਦਾ ਮਤਲਬ ਦਾ ਨਹੀਂ ਗਾਉਂਦੇ ਹੈਗੇ ਉਹ ਫਿਰ ਸੱਜਦੇ ਵੀ ਨਹੀਂ ਹੈਗੇ, ਤਾਂ ਫਿਰ ਇੱਕ ਏਜ ਹੁੰਦੀ ਆ। ਹਾਂਜੀ, ਫਿਰ ਹੁਣ ਜਿੱਦਾਂ ਮੇਰੀ ਏਜ ਆ, ਮੈਂ ਏਜ ਦੇ ਹਿਸਾਬ ਨਾਲ ਹੁਣ, ਪਰ ਇੱਕ ਗੱਲ ਹੋਰ ਵੀ ਆ, ਇੱਕ ਗੱਲ ਮੈਂ ਇਹ ਵੀ ਕਹਿਣ ਤੋਂ ਝਿਜਕਦਾ ਨਹੀਂ, ਕਿਉਂਕਿ ਪੈਸੇ ਜਿਹੜੀ ਜ਼ਰੂਰਤ ਆ ਉਹ ਵੀ ਇਹ ਮਤਲਬ ਜਿੱਦਾਂ ਸੀਗੀ, ਫਿਰ ਮਤਲਬ ਪੈਸਾ ਜਿਹੜਾ ਆਵੇ, ਜਿੱਦਾਂ ਅੱਜ ਆ, ਅੱਜ ਮੈਨੂੰ ਇੱਦਾਂ ਆ ਕਿ ਇਹ ਨਹੀਂ ਕਿ ਮੈਂ ਬਹੁਤ ਜ਼ਿਆਦਾ ਅਮੀਰ ਹਾਂ, ਪਰ ਮੈਂ ਆਪਣੀ ਮਰਜ਼ੀ ਦੇ ਗਾ ਸਕਦਾ ਹਾਂ, ਜੇ ਮੈਨੂੰ ਪ੍ਰੋਗਰਾਮ ਜੇ ਲੱਗਦਾ ਵੀ ਆ ਤਾਂ ਵੀ ਠੀਕ ਆ, ਜੇ ਨਹੀਂ ਲੱਗਦਾ ਤਾਂ ਵੀ ਠੀਕ ਆ, ਮੇਰਾ ਸਰਦਾ ਆ। ਹਾਂਜੀ, ਅਤੇ ਫਿਰ ਹੁਣ ਮੈਂ ਉਹੀ ਗੀਤ ਗਾਉਣਾ ਆ, ਮੇਰੇ ਯੂਟਿਊਬ ਦੇ ਉੱਤੇ ਤੁਸੀਂ ਰੇਸ਼ਮ ਸਿੰਘ ਰੇਸ਼ਮ USA ਪਾ ਕੇ ਦੇਖਿਓ, ਉਹਦੇ ਵਿੱਚ ਮੇਰੇ ਜਿਹੜੇ ਹੁਣ ਦੇ ਗਾਣੇ ਆ ਉਹਦੇ ਵਿੱਚ ਮੈਂ ਇੱਕ ਸੇਧ ਦਿੰਦਾ, ਜਿਹੜੀ ਜਿੱਦਾਂ ਨਵੇਂ ਜਿਹੜੇ ਹੈਗੇ ਆ ਪੀੜ੍ਹੀ ਹੈਗੀ ਆ, ਮਾਪਿਆਂ ਦਾ ਸਤਿਕਾਰ ਇਹ ਮੈਂ ਕੀਤੀ ਆ। ਹਾਂਜੀ, ਹੁਣ ਵੀ ਮੈਂ ਜਿਹੜਾ ਰਿਕਾਰਡਿੰਗ ਇੱਕ ਕਰਾਉਣੀ ਆ ਜੀ ਜੀ, ਉਹ ਵੀ ਤੁਹਾਨੂੰ ਦੋ ਟੱਪੇ ਮੈਂ ਬਾਅਦ 'ਚ ਸੁਣਾਉਣਾ ਜੀ, ਕੋਈ ਗੱਲ ਨਹੀਂ। ਜੀ ਨਹੀਂ, ਆਪਾਂ ਬਿਲਕੁਲ ਹੁਣੇ ਸੁਣਦੇ ਹਾਂ ਜੀ। ਸੁਣਾਓ ਕਿਹੜਾ ਤੁਹਾਡਾ ਆਉਣ ਵਾਲਾ ਟਰੈਕ ਜਿਹੜਾ ਤੁਸੀਂ ਹੁਣ ਤਿਆਰੀ ਚੱਲ ਰਹੀ ਹੈ? ਚਲੋ, ਤੂੰ ਵੀ ਤੋਂ ਬਿਨਾਂ ਹੀ ਤੂੰ ਵੀ ਤੋਂ ਬਿਨਾਂ ਸੁਣਾਉਂਦਾ ਜੀ ਜੀ। ਇਹ ਹੈਪੀ ਭਾਅ ਜੀ ਮੈਂ ਹੁਣ ਰਿਕਾਰਡਿੰਗ ਕਰਨੀ ਹੈ ਜੀ ਜੀ, ਅਤੇ ਚਲੋ ਨਾਲੇ ਇਹ ਮੇਰਾ ਜਿਹੜਾ ਗੀਤ ਮੈਂ ਕਰਨਾ ਹੈ ਚੋਰੀ ਤੋਂ ਬਚ ਜਾਊਗਾ ਜੀ, ਹੀਰੇ ਪੰਜਾਬ ਦੇ ਵਿੱਚ ਆ ਜਾਊਗਾ ਤਾਂ ਫਿਰ ਚੋਰੀ ਨਹੀਂ ਕੋਈ ਚੋਰੀ ਨਹੀਂ ਕਰੂਗਾ। ਹਾਂਜੀ, ਇਹ ਵੀ ਮਾਪਿਆਂ ਤੋਂ ਜੀ, ਜਿਹੜੇ ਮਾਪੇ ਆ, ਮਾਪੇ ਚਾਹੇ ਗਰੀਬ ਆ ਚਾਹੇ ਅਮੀਰ ਆ, ਉਹ ਜਿੰਨੀ ਵੀ ਕਿਸੇ ਦੇ ਮਾਪਿਆਂ ਦੇ ਵਿੱਚ ਹਸੀਅਤ ਹੁੰਦੀ ਆ ਉਹ ਆਪਣੇ ਬੱਚਿਆਂ ਨੂੰ ਪਾਲਦੇ ਆ ਜੀ। ਮਾਪੇ ਹੀ ਸਿਖਾਉਂਦੇ ਇੱਥੇ ਮੱਦ ਮਾਰਨੀ, ਹੋਰ ਤਾਂ ਸਿਖਾਉਂਦੇ ਹੇਰਾ ਫੇਰੀ ਮਿੱਤਰੋ, ਮਾਪੇ ਹੀ ਸਿਖਾਉਂਦੇ ਇੱਥੇ ਮੱਲ ਮਾਰਨੀ, ਹੋਰ ਤਾਂ ਸਿਖਾਉਂਦੇ ਹੇਰਾ ਫੇਰੀ ਮਿੱਤਰੋ, ਮਾਂ ਬਿਨਾ ਮਿਲਦਾ ਨਾ ਪਿਆਰ ਅਸਲੀ, ਬਾਪੂ ਬਿਨਾ ਮਿਲੇ ਨਾ ਦਲੇਰੀ ਮਿੱਤਰੋ, ਮਾਂ ਬਿਨਾ ਮਿਲਦਾ ਨਾ ਪਿਆਰ ਅਸਲੀ, ਬਾਪੂ ਬਿਨਾ ਮਿਲੇ ਨਾ ਦਲੇਰੀ ਮਿੱਤਰੋ। ਵਾਹ ਜੀ ਵਾਹ, ਹੁਣ ਇਹ ਮੈਂ ਨਵਾਂ ਕਰਾ ਰਿਹਾ। ਅੱਛਾ, ਇਹ ਤੁਹਾਡਾ ਆਉਣ ਵਾਲਾ ਟਰੈਕ ਹੁਣ ਰਿਲੀਜ਼ ਕਰ ਰਿਹਾ ਭਾਅ ਜੀ? ਜਿਵੇਂ ਅਸੀਂ ਤੁਹਾਡੇ ਅੱਜ ਨਗਰ 'ਚ ਆਏ, ਸਾਨੂੰ ਪਤਾ ਲੱਗਾ ਤੁਸੀਂ ਸਮਾਜ ਭਲਾਈ ਦੇ ਬਹੁਤ ਵੱਡੇ ਕਾਰਜ ਕਰ ਰਹੇ ਹੋ ਪੰਜਾਬ ਦੇ ਵਿੱਚ। ਵੈਸੇ ਬਹੁਤ ਸਾਰੇ NRE ਨੇ ਜਿਹੜੇ ਪੰਜਾਬ ਦਾ ਬਹੁਤ ਭਲਾ ਕਰ ਰਹੇ ਨੇ, ਲੇਕਿਨ ਤੁਹਾਡਾ ਜਿਹੜਾ ਤੁਸੀਂ ਕੰਮ ਵਿੱਢਿਆ ਹੋਇਆ ਅੱਜ, ਜਿਹੜਾ ਅਸੀਂ ਕੈਂਪ ਦੇਖਿਆ, ਅਤੇ ਸਮਾਜ ਸੇਵਾ ਦਾ ਤੁਹਾਡੇ 'ਚ ਸ਼ੁਰੂ ਤੋਂ ਹੀ ਮੈਨੂੰ ਲੱਗਦਾ ਬਹੁਤ ਜਨੂੰਨ ਸੀਗਾ। ਬਿਲਕੁਲ ਜੀ। ਅਤੇ ਫਿਰ ਇਹ ਜਿਹੜਾ ਹੁਣ ਤੁਸੀਂ ਕਰਦੇ ਹੋ ਪਿੰਡ ਦੇ ਵਿੱਚ ਕੈਂਪ ਲਾਉਂਦੇ ਹੋ, ਇਹ ਕਿ ਆਪਣੇ ਮੇਰੇ ਖਿਆਲ ਮੈਂ ਪੜ੍ਹ ਰਿਹਾ ਸੀਗਾ ਦਾਦੀ ਜੀ ਦੀ ਯਾਦ ਦੇ ਵਿੱਚ? ਹਾਂਜੀ। ਅਤੇ ਕਿੱਦਾਂ ਦੀ ਇੱਥੇ ਕਿਹੜੀ ਕਿਹੜੀ ਸੇਵਾ ਉਪਲਬਧ ਤੁਸੀਂ ਕਰਾਉਂਦੇ ਹੋ ਇੱਥੇ? ਹੈਪੀ ਜੀ, ਆਪਣੇ ਇੱਕ ਤਾਂ ਮੈਂ ਕਲਾਕਾਰੀ ਦੇ ਬਾਰੇ ਪਹਿਲਾਂ ਦੱਸ ਦਵਾਂ ਜੀ ਜੀ, ਜਿਹੜੇ ਮੇਰੇ ਦਾਦੀ ਜੀ ਸੀਗੇ ਨਾ ਜੀ, ਮੈਨੂੰ ਤੁਸੀਂ ਪੁੱਛਿਆ ਸੀਗਾ ਨਾ ਇੱਕ ਵਾਰੀ ਨਾ, ਮੈਨੂੰ ਉਹ ਕਹਿੰਦੇ ਨਾ, ਮਤਲਬ ਮੇਰੇ ਦਾਦੀ ਜੀ ਕਹਿੰਦੇ ਮਤਲਬ ਨਾ ਮੈਂ ਪਰਹੇਜ਼ ਬਹੁਤ ਕਰਦਾ ਸੀਗਾ। ਅੱਛਾ। ਜਿੱਦਾਂ ਹੁਣ ਪਹਿਲਾਂ ਤਾਂ ਮੈਂ ਲੱਸੀ ਦੁੱਧ ਦਹੀਂ ਸਾਰਾ ਕੁਝ ਖਾਈ ਪੀ ਜਾਣਾ ਨਾ, ਅਤੇ ਮਤਲਬ ਫਿਰ ਮੈਂ ਜਦ ਉਹਦੇ ਗਾਉਣ ਦੇ ਵਿੱਚ ਪਿਆ ਅਤੇ ਮੈਂ ਨਾ ਪਰਹੇਜ਼ ਬਹੁਤ ਕਰਨ ਲੱਗ ਪਿਆ, ਅਤੇ ਮਤਲਬ ਉਹਦੇ ਨਾਲ ਥੋੜ੍ਹਾ ਮੇਰਾ ਸਰੀਰ ਵੀ ਜਿੱਦਾਂ ਮੈਂ ਮਾੜਾ ਹੋ ਗਿਆ ਥੋੜ੍ਹਾ ਜਿਹਾ ਨਾ, ਤਾਂ ਮੇਰੇ ਦਾਦੀ ਕਹਿੰਦੇ ਮੈਨੂੰ, ਕਹਿੰਦੇ ਪੁੱਤ ਗੱਲ ਸੁਣੀ। ਮੈਂ ਕਿਹਾ ਹਾਂਜੀ ਦੱਸੋ। ਕਹਿੰਦੇ ਪੁੱਤ ਗਾਣਾ ਬੰਦ ਕਰ ਦੇ। ਅੱਛਾ। ਮੈਂ ਕਿਹਾ ਕੀ ਗੱਲ? ਅਸੀਂ ਬੇਬੇ ਸਾਦੇ ਸੀਗੇ। ਮੈਂ ਕਿਹਾ ਬੇਬੇ ਜੀ ਕੀ ਗੱਲ ਹੋਈ? ਅੱਛਾ। ਤੇ ਕਹਿੰਦੇ ਨੇ ਤੂੰ ਮਾੜਾ ਬਹੁਤ ਹੋ ਗਿਆ, ਜਿਹੜੇ ਤੂੰ ਮਾਈਕ ਦੇ ਵਿੱਚ ਹੀ ਗਾਉਣਾ ਤੇਰੀ ਆਵਾਜ਼ ਖਿੱਚੀ ਜਾਂਦਾ। ਖਿੱਚੀ ਜਾਂਦਾ ਮੇਰੇ ਯਾਦ ਆ। ਅਰੇ ਤੇ ਉਸਤਾਦ ਵਡਾਲੀ ਸਾਹਿਬ ਦੇ ਇੱਕ ਇੰਟਰਵਿਊ 'ਚ ਉਹਨਾਂ ਨੇ ਵੀ ਕਹਿੰਦੇ ਅਸੀਂ ਮਾਈਕ 'ਚ ਨਹੀਂ ਗਾਉਂਦੇ, ਮਾਈਕ ਆਵਾਜ਼ ਖਿੱਚ ਲੈਂਦੇ। ਹਾਂਜੀ ਬਿਲਕੁਲ ਬਿਲਕੁਲ, ਮਿਹਨਤ ਇੱਦਾਂ ਹੋਈ ਆ ਜੀ। ਅਤੇ ਫਿਰ ਬਾਕੀ ਤੁਸੀਂ ਪੁੱਛਿਆ ਹੈ ਵੀ ਜੀ ਆਪਣੇ ਜਿਹੜਾ ਇਹ ਭਲਾਈ ਦੇ ਕੰਮ ਆ। ਹਾਂਜੀ, ਇਹ ਅੱਖਾਂ ਦਾ ਜਿਹੜਾ ਕੈਂਪ ਹੈ ਜੀ, ਇਹ ਤਾਂ ਅਸੀਂ ਹਰ ਸਾਲ ਇੱਥੇ ਲਾਉਂਦੇ ਹਾਂ ਜੀ, ਆਪਣੇ ਖੜਕੜ ਖੁਰਦ ਦੇ ਵਿੱਚ, ਜਿਹੜੀ ਨਿਰਮਲ ਕੁਟੀਆ, ਇਹ ਸੰਤ ਮਹਾਂਪੁਰਖ ਸੰਤ ਬਾਬਾ ਨਿੱਕਾ ਸਿੰਘ ਜੀ ਉਹਨਾਂ ਦੀ ਨਿਰਮਲ ਕੁਟੀਆ ਜੀ ਇੱਥੇ, ਅਤੇ ਉੱਥੇ ਅਸੀਂ ਹਰ ਸਾਲ ਲਾਉਂਦੇ ਹਾਂ ਜੀ। ਅਤੇ ਬਾਕੀ ਸਾਡਾ ਸਾਰਾ ਸਾਲ ਇਹ ਕੰਮ ਚੱਲਦਾ ਰਹਿੰਦਾ ਜੀ। ਅਸੀਂ ਕੀ ਕਰਦੇ ਹਾਂ, ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਜਿੱਦਾਂ ਲੋੜਵੰਦ ਆ ਉਹਨਾਂ ਨੂੰ ਅਸੀਂ ਕੱਪੜੇ ਦਿੰਦੇ ਹਾਂ ਜੀ, ਉਹਨਾਂ ਨੂੰ ਜੁੱਤੀਆਂ ਦਿੰਦੇ ਹਾਂ ਜੀ, ਅਤੇ ਫਿਰ ਉਹਨਾਂ ਨੂੰ ਕਿਤਾਬਾਂ, ਹੈ ਨਾ, ਸਾਰਾ ਕੁਛ ਉਹਨਾਂ ਨੂੰ ਅਸੀਂ ਜਿੱਦਾਂ ਜੇ ਕੋਈ ਫੀਸ ਨਹੀਂ ਦੇ ਸਕਦਾ ਉਹਨਾਂ ਨੂੰ ਫੀਸਾਂ ਵੀ ਦਿੰਦੇ ਹਾਂ ਜੀ। ਹਾਂਜੀ। ਅਤੇ ਫਿਰ ਜੇ ਕੋਈ ਗਰੀਬ ਕੁੜੀ ਆ, ਜਿੱਦਾਂ ਉਹਦੇ ਮਾਂ ਬਾਪ ਹੈ ਨਹੀਂ ਜਾਂ ਮਾਂ ਬਾਪ ਬਹੁਤ ਗਰੀਬ ਆ, ਉਹਨਾਂ ਕੁੜੀਆਂ ਦੇ ਅਸੀਂ ਵਿਆਹ ਵੀ ਜਿੱਦਾਂ ਕਰਦੇ ਹਾਂ ਜੀ। ਅਤੇ ਬਾਕੀ ਆਪਣੇ ਜਿੱਦਾਂ ਇੱਥੇ ਤਾਂ ਤੁਸੀਂ ਦੇਖ ਲਿਆ ਜੀ ਕੈਂਪ ਦੇ ਵਿੱਚ, ਹਾਂਜੀ, ਅਤੇ ਕਿੱਦਾਂ ਚੱਲਦਾ ਆ। ਅਤੇ ਬਾਕੀ ਇੱਕ ਮੈਂ ਹੋਰ ਦੱਸਣਾ ਚਾਹੁੰਦਾ ਹਾਂ, ਅਤੇ ਕਿਸੇ ਵੀ ਕਿਸੇ ਮੇਰੇ ਵੀਰ ਨੂੰ ਸ਼ੱਕ ਹੋਵੇ ਕਿ ਜਿਹੜੇ ਅਸੀਂ ਇਹ ਮੈਂ ਇੱਥੇ ਕੰਮ ਇੱਦਾਂ ਦੇ ਕਰਦਾ ਹਾਂ, ਫਿਰ ਮੈਂ ਜਿਹੜੇ ਪੈਸੇ ਕਿਸੇ ਦੇ ਕੋਲੋਂ ਉੱਥੇ ਲੈ ਕੇ ਆਉਣਾ, ਜੇ ਮੇਰੇ ਜਿਹੜੇ ਦੋਸਤ ਨੇ ਉੱਥੇ ਉਹ ਪਾਕਿਸਤਾਨੀ ਵੀਰ ਵੀ, ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਹਾਂ ਜੀ, ਕਦੇ ਵੀ ਜਾਤਾਂ ਪਾਤਾਂ ਦੇ ਵਿੱਚ
और मजहब के फस के किसी को नफरत ना नफरत ना करो। जे नफरत करनी आ तो जिहड़े गलत बंदे आ उन्हां नूं करो, उन्हां नूं नफरत भी ना करो पर उन्हां नूं सुधारन की कोशिश करो। ना जात पात ना मजहब, मजहब कोई भी माड़ा नहीं। मैनूं एक बारी याद आ पाकिस्तान तो एक मेरा दोस्त आ उत्थे अमेरिका दे विच, वह मैनूं कहिंदा पैसे तूं रेशम जाणा आ जिद्दां जाणा कि कैंप लाउणा, मेरे वल्लों पैसे लैके जा जी। तुसीं देखो जे जाणा कि ना कईआं नूं पता है नहीं हैप्पी भाजी जी, वह कहिंदे जी नहीं गुरु गोबिंद सिंह जी दे नाल जी इदां ही नहीं कीती इदां कीती। मैं दस दवा मैनूं पता, मैं इतिहास पढ़िया जी, वह मुगल सीगे जिहड़े मुगल सीगे तां मुसल जिहड़े मुसलमान मुगल सीगे ना वह मुसलमानां नूं भी तंग करदे सीगे, वह कल्ले हिंदुआं नूं नहीं तंग करदे सीगे, कल्ले सिखां नूं नहीं तंग करदे सीगे। जिहड़े गुरु गोबिंद सिंह जी दे इन्ने मित्र होए आ ना मुसलमान जी, तुसीं सैयद खां देख लो, बीबी नसीरां देख लो, हाँ जी। फिर जे मुसलमानां नूं गुरु जी हेट करदे होंदे ਤਾਂ ਜਿਹੜੀ ਫਿਰ ਆ ਹਰਿਮੰਦਰ ਸਾਹਿਬ ਦੇ ਵਿੱਚ ਨੀਂਹ ਰੱਖੀ ਆ ਉਹ ਮੀਆਂ ਮੀਰ ਜੀ ਨੇ ਰੱਖੀ, ਉਹ ਕੌਣ ਸੀਗੇ? ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਫਰੀਦ ਜੀ ਦੇ ਸਲੋਕ ਆ, ਹਾਂਜੀ। ਅਤੇ ਮੈਂ ਬੇਨਤੀ ਕਰਦਾ ਕਿ ਜੋ ਨਫ਼ਰਤ ਜਿਹੜੇ ਇਹ ਨਫ਼ਰਤ ਫੈਲਾਉਂਦੇ ਆ ਉਹ ਸ਼ਰਾਰਤੀ ਆ, ਉਹ ਸ਼ਰਾਰਤੀ ਜਿਹੜੇ ਆ ਜਾਤਾਂ ਪਾਤਾਂ ਦੇ ਇਹ ਮਜ਼ਹਬਾਂ ਦੇ ਆਪਣੇ ਉਹ ਇੱਦਾਂ ਕਰਕੇ ਨਾ ਜਿੱਦਾਂ ਉਹਨਾਂ ਨੂੰ ਮੋਹਰੇ ਕਰਕੇ ਇਹ ਆਪਣੀਆਂ ਉਹ ਮਤਲਬ ਕੱਢਦੇ ਆ, ਜਾਣੀ ਕਿ ਆਪਣੀਆਂ ਵੋਟਾਂ ਦਾ ਲਾ ਲਓ ਕੁਛ ਲਾ ਲਓ, ਹਾਂਜੀ। ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ, ਸਾਂਝੀਵਾਲਤਾ ਦਾ ਬਹੁਤ ਵਧੀਆ ਤੁਸੀਂ ਜਿਹੜਾ ਉਹ ਸੰਦੇਸ਼ ਦਿੱਤਾ ਕਿ ਧਰਮ ਮਜ਼ਹਬ ਕੋਈ ਵੀ ਲੜਨਾ ਨਹੀਂ ਸਿਖਾਉਂਦਾ, ਆਪਸ ਦੇ ਵਿੱਚ ਪਿਆਰ ਕਰਨੇ ਸਿਖਾਉਂਦੇ ਨੇ ਸਾਰੇ। ਅਤੇ ਬੜਾ ਵਧੀਆ ਕਾਰਜ ਤੁਹਾਡੇ ਇਲਾਕੇ ਦੇ ਵਿੱਚ, ਅਸੀਂ ਵੱਖਰੀ ਰਿਪੋਰਟ ਵੀ ਉਹਦੇ ਬਾਰੇ ਬਕਾਇਦਾ ਅਸੀਂ ਪਾਈ ਹੈ, ਤੁਸੀਂ ਦੇਖੀ ਹੋਣੀ ਯੂਟਿਊਬ 'ਤੇ, ਉਹ ਬਕਾਇਦਾ ਜਿਹੜਾ ਤੁਸੀਂ ਕੈਂਪ ਲਗਾਇਆ ਹੋਇਆ ਪਿੰਡ ਦੇ ਵਿੱਚ, ਵੱਡੀ ਗਿਣਤੀ ਦੇ ਵਿੱਚ ਮਰੀਜ਼ ਜਿਹੜੇ ਲਾਈਨਾਂ ਦੇ ਵਿੱਚ ਲੱਗੇ ਹੋਏ ਆ, ਸਾਰਿਆਂ ਦਾ ਤੁਸੀਂ ਅਰੇਂਜਮੈਂਟ, ਈਵਨ ਕਿ ਖਾਣੇ ਤੱਕ ਦਾ ਉਹਨਾਂ ਨੂੰ ਲੰਗਰ ਚਾਹ ਹਰ ਚੀਜ਼ ਜਿਹੜੀ ਉਹ ਤੁਸੀਂ ਪ੍ਰੋਵਾਈਡ ਕਰਾਈ ਆ, ਔਰ ਸ਼ਾਇਦ ਉਹਨਾਂ ਨੂੰ ਜਲੰਧਰ ਤੱਕ ਲੈ ਕੇ ਆਉਣਾ ਸਾਰਾ ਤੁਸੀਂ, ਹੈ ਨਾ? ਬਿਲਕੁਲ ਜੀ, ਬਿਲਕੁਲ, ਉਹਨਾਂ ਦੀਆਂ ਦਵਾਈਆਂ ਸਾਰਾ ਕੁਛ ਫ੍ਰੀ ਆ। ਔਰ ਵੱਡੀ ਗੱਲ ਇਹ ਕਿ ਇਹਦੇ ਵਿੱਚ ਜਿੰਨਾ ਵੀ ਖਰਚਾ ਆਉਣਾ ਜੀ ਸਾਰਾ ਰੇਸ਼ਮ ਸਿੰਘ ਜੀ ਰੇਸ਼ਮ ਨੇ ਕਰਨਾ ਆਪਣੀ ਦਾਦੀ ਜੀ ਦੀ ਯਾਦ ਦੇ ਵਿੱਚ, ਜਿਵੇਂ ਇਹਨਾਂ ਦੱਸਿਆ ਕਿਸੇ ਦੂਸਰੇ ਦੀ ਮਦਦ ਨਹੀਂ ਲੈਂਦੇ ਨਾਲ, ਮਹਾਰਾਜ ਨੇ ਇਹਨਾਂ ਨੂੰ ਇੰਨਾ ਦਿੱਤਾ, ਸੋ ਆਪਣਾ ਦਸਵੰਧ ਕੱਢ ਕੇ ਬੜਾ ਇਹ ਨੇਕੀ ਦਾ ਕਾਰਜ ਕਰ ਰਹੇ ਨੇ। ਅੱਛਾ ਭਾਜੀ, ਫਿਰ ਹੁਣ ਅੱਜ ਕੱਲ੍ਹ ਅੱਜ ਦੇ ਦੌਰ ਦੇ ਵਿੱਚ ਗਾਇਕੀ ਜਿਹੜੀ ਆ ਉਹ ਬਰਕਰਾਰ ਆ ਕੇ ਜਾਂ ਥੋੜ੍ਹਾ ਪਿੱਛੇ ਹਟ ਗਿਓ? ਥੋੜ੍ਹੇ ਪ੍ਰੋਗਰਾਮ ਤਾਂ ਘਟਿਓ ਹੈਪੀ ਭਾਜੀ, ਪ੍ਰੋਗਰਾਮ 'ਤੇ ਘਟਿਓ? ਹਾਂਜੀ, ਪ੍ਰੋਗਰਾਮ ਘਟਿਓ ਆ। ਮੈਂ ਹੁਣ ਜਿੱਦਾਂ ਮਤਲਬ ਜਿੱਦਾਂ ਜਿਹੜੇ ਖਾਸ ਖਾਸ ਉੱਥੇ ਮੇਲੇ ਹੁੰਦੇ ਆ ਜੀ, ਉੱਥੇ ਵੀ ਜਿੰਨੇ ਪ੍ਰਮੋਟਰ ਨੇ ਉਹ ਵੀ ਮੇਰੇ ਦੋਸਤ ਨੇ, ਜਦੋਂ ਕੋਈ ਮੇਲਾ ਕਰਾਉਂਦੇ ਆ ਕਦੇ ਕੋਈ ਵੀ ਸੱਭਿਆਚਾਰਕ ਪ੍ਰੋਗਰਾਮ ਕਰਾਉਂਦੇ ਆ, ਹੈ ਨਾ, ਅਤੇ ਫਿਰ ਉਹਦੇ ਵਿੱਚ ਮੈਂ ਹਿੱਸਾ ਜ਼ਰੂਰ, ਮੈਨੂੰ ਉਹ ਦਵਾਉਂਦੇ ਆ ਜੀ, ਮਤਲਬ ਮੈਨੂੰ ਸੱਦਦੇ ਆ। ਅਤੇ ਜਿਹੜੇ ਪ੍ਰੋਗਰਾਮ ਅੱਜ ਕੱਲ੍ਹ ਜਿਹੜੀ ਨਵੀਂ ਜਨਰੇਸ਼ਨ ਆ ਉਹ ਡੀਜ਼ੇ ਵੱਲ ਨੂੰ ਥੋੜ੍ਹੀ ਜ਼ਿਆਦਾ ਹੋਣੀ, ਉਹ ਡੀਜ਼ਾ ਜ਼ਿਆਦਾ ਜਿੱਦਾਂ ਚੱਲਦਾ ਆ, ਅਤੇ ਮਤਲਬ ਉੱਦਾਂ ਪ੍ਰੋਗਰਾਮ ਘਟਿਓ ਆ, ਪਰ ਫਿਰ ਵੀ ਮੈਂ ਆਪਣੇ ਆਪ ਨੂੰ ਉੱਦਾਂ ਕਰਕੇ ਬਰਕਰਾਰ ਰੱਖਿਆ ਜੀ, ਮਤਲਬ ਸ਼ੌਂਕ ਆਪਣਾ ਪੂਰਾ ਕਰੀ ਜਾਂਦੇ ਹਾਂ। ਚਲੋ, ਬਹੁਤ ਵਧੀਆ ਗੱਲ ਆ ਜੀ, ਔਰ ਮੈਨੂੰ ਇੱਕ ਖੁਸ਼ੀ ਹੋਰ ਬੜੀ ਹੋਈ ਕਿ ਤੁਸੀਂ ਆਪਣੀ ਬੜਾ ਸਿਹਤ ਨੂੰ ਬੜਾ ਮੇਨਟੇਨ ਰੱਖਿਆ ਹੋਇਆ। ਥੈਂਕ ਯੂ। ਤੁਹਾਨੂੰ ਦੇਖ ਕੇ ਕੋਈ ਵੀ ਕਹੇਗਾ ਕਿ ਭਾਜੀ ਦੀ ਏਜ ਜਿਹੜੀ ਉਹ 45-45 ਸਾਲ ਆ, ਲੇਕਿਨ ਜਿਵੇਂ ਉਹਨਾਂ ਨੇ ਦੱਸਿਆ ਕਿ 75 ਤੋਂ ਤਾਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ, ਸੋ ਮਹਾਰਾਜ ਦੀ ਕਿਰਪਾ ਹੈ ਤੁਹਾਡੇ 'ਤੇ ਫੁੱਲ। ਇੱਥੇ ਹੈਪੀ ਭਾਜੀ ਡਾਕਟਰ ਸਾਹਿਬ ਨਾ, ਅੱਛਾ, ਆਇਓ, ਉਹ ਕਹਿੰਦੇ ਛੋਟੇ ਛੋਟੇ ਹੁੰਦੇ ਸੀ ਜਦ ਤੁਹਾਨੂੰ ਸੁਣਦੇ ਹੁੰਦੇ ਸੀਗੇ, ਨਹੀਂ ਬੜੀ ਇਹ ਮਹਾਰਾਜ ਦੀ ਕਿਰਪਾ ਹੈ। ਮੈਂ ਇੱਕ ਹੋਰ ਦਰਸ਼ਕ ਜਿਹੜੇ ਹੀਰੇ ਪੰਜਾਬ ਦੇ ਪ੍ਰੋਗਰਾਮ ਦੇਖ ਰਹੇ ਨੇ ਜੀ, ਮੈਂ ਬੇਨਤੀ ਕਰਦਾ ਕਿ ਮੈਂ ਜਿਹੜਾ ਇਹ ਸਾਰਾ ਪ੍ਰੋਗਰਾਮ ਕਰਦਾ ਹਾਂ ਜੀ, ਇਹ ਮੈਂ ਇਹਨੂੰ ਆਪਣਾ ਤਾਂ ਨਹੀਂ ਕਹਿ ਸਕਦਾ ਕਿਉਂਕਿ ਜਿਹੜਾ ਪੈਸਾ ਆਪਾਂ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਦਿੰਦੇ ਹਾਂ ਜੀ, ਉਹ ਆਪਣਾ ਨਹੀਂ ਰਹਿ ਜਾਂਦਾ ਜੀ, ਅਤੇ ਮੈਂ ਕਿਸੇ ਦੇ ਕੋਲੋਂ ਡੋਨੇਸ਼ਨ ਨਹੀਂ ਲੈਂਦਾ ਹੈਗਾ ਜੀ। ਨੰਬਰ 2 ਮੇਰੇ ਬੜੀਆਂ ਉੱਥੇ ਬੰਦੇ ਮਿਹਨਤਾਂ ਵੀ ਕਰਦੇ ਆ, ਸਾਤੋਂ ਪੈਸੇ ਲੈ ਲਾ, ਸਾਤੋਂ ਪੈਸੇ ਲੈ ਲਾ, ਮੈਂ ਉਹਨਾਂ ਨੂੰ ਹੱਥ ਜੋੜਦਾ ਕਿ ਤੁਸੀਂ ਆਪਣੇ ਆਪਣੇ ਇਲਾਕੇ 'ਚ ਆਪਣੇ ਆਪਣੇ ਪਿੰਡਾਂ 'ਚ ਆਪ ਕਰੋ। ਮੈਂ ਇੱਕ ਗਰੀਬ ਜਿਹਾ ਬੰਦਾ ਹੈ, ਮੈਂ ਮਿਹਨਤ ਕਰਦਾ ਹਾਂ, ਮੈਂ ਮਤਲਬ ਨਾ ਜਦੋਂ ਇੱਥੇ ਗਾਉਂਦਾ ਸੀਗਾ, ਮੈਂ ਹੁਣ ਤੁਹਾਨੂੰ ਇੱਕ ਬਹੁਤ ਵੱਡੀ ਗੱਲ ਦੱਸਣ ਲੱਗਾ ਜੀ, ਮੈਨੂੰ ਤਾਂ ਹੀ ਰੱਬ ਨੇ ਪਤਾ ਨਹੀਂ ਮਤਲਬ ਸਭ ਕੁਛ ਬਖਸ਼ਿਆ। ਬਿਲਕੁਲ ਬਿਲਕੁਲ। ਅਤੇ ਮੈਂ ਜਦੋਂ ਇੱਥੇ ਗਾਉਂਦਾ ਸੀਗਾ, ਮੈਂ ਦਸਵੰਧ ਸੁੱਖਾ ਹੈ ਜੀ ਮਹਾਰਾਜ ਦਾ। ਅੱਛਾ। ਜਦੋਂ ਮੈਂ ਨਾ ਇੱਥੇ ਗਾਉਂਦਾ ਸੀਗਾ ਅਤੇ ਮੈਂ ਨਾ ਕੀ ਕਰਦਾ ਸੀਗਾ, ਇਹ ਜਿੱਦਾਂ ਉਸ ਵੇਲੇ ਪਹਿਲਾਂ ਮੇਰੇ ਕੋਲ ਗੱਡੀ ਵੀ ਨਹੀਂ ਹੁੰਦੀ ਸੀਗੀ, ਗੱਡੀ ਦਾ ਖਰਚਾ ਕੱਢ ਲਿਆ, ਸਜਿੰਦਿਆਂ ਦਾ ਖਰਚਾ ਕੱਢ ਲਿਆ, ਬਕਾਇਦਾ ਉਹ ਮੈਂ ਬਾਅਦ ਵਿੱਚ ਪੈਸੇ ਗਿਣ ਕੇ ਉਹਦਾ ਦਸਵਾਂ ਦਸਵੰਧ ਮੈਂ ਬੈਂਕ ਦੇ ਵਿੱਚ ਅਕਾਊਂਟ ਖੁਲਾਇਆ ਸੀ ਮਹਾਰਾਜ ਦੇ ਨਾਂ ਦਾ, ਉਹ ਮੈਂ ਜਮ੍ਹਾਂ ਕਰਾਉਂਦਾ ਸੀ। ਵਾਹ। ਉਹਦੇ ਨਾਲ ਫਿਰ ਸਾਰਾ ਖਰਚਾ ਚੱਲਦਾ, ਮੈਂ ਨਹੀਂ ਕਰਦਾ, ਮੈਂ ਕਿਸੇ 'ਤੇ ਸਹਾਨ ਨਹੀਂ ਕਰਦਾ, ਇਹ ਤਾਂ ਇਹ ਬਾਬੇ ਦਾ ਪੈਸਾ ਜੀ। ਮਤਲਬ ਜੋ ਕਮਾਉਂਦੇ ਨੇ ਉਹਦਾ ਦਸਵੰਧ ਜਿਹੜਾ ਉਹ ਵੇਖੋ ਕਿੰਨੇ ਨੇਕ ਕਾਰਜ 'ਤੇ ਲਾਉਂਦੇ ਨੇ, ਅਤੇ ਮਹਾਰਾਜ ਨੇ ਕੀ ਕਹਿੰਦੇ ਨੀਤਾਂ ਨੂੰ ਮੁਰਾਦਾਂ ਹੁੰਦੀਆਂ ਨੇ ਜੀ, ਜਿੱਦਾਂ ਦੀ ਨੀਤ ਆ ਉਦਾਂ। ਸ਼ੁਕਰੀਆ ਮਾਤਾ ਦਾ, ਸ਼ੁਕਰੀਆ ਕਿ ਦਰਸ਼ਕੋ। ਮੈਂ ਇੱਕ ਤੁਹਾਨੂੰ ਹੋਰ ਰਾਜ ਦੀ ਗੱਲ ਵੀ ਦੱਸਦਾ ਕਿ ਅਸੀਂ ਹਾਰ ਕੇ ਭਾਅ ਜੀ ਦਾ ਫੋਨ ਬੰਦ ਕਰਤਾ, ਅੱਜ ਇੰਨਾ ਬਿਜ਼ੀ ਸ਼ਡਿਊਲ ਇਹਨਾਂ ਦਾ ਕਿ ਥੱਲੇ ਕਦੇ ਕੋਈ ਲੀਡਰ ਆ ਗਿਆ ਕੋਈ ਕੁਛ ਹੈਗਾ ਫੋਨ ਆਈ ਜਾਂਦੇ, ਅਤੇ ਭਾਅ ਜੀ ਕਹਿੰਦੇ ਫੋਨ ਬੰਦ ਹੀ ਕਰ ਦਿਓ ਕਿਉਂਕਿ ਹੁਣ ਤੁਹਾਡੇ ਨਾਲ ਸਾਂਝ ਪਈ ਆ ਅਤੇ ਤੁਹਾਡੇ ਨਾਲ ਵੀ ਗੱਲ ਹੋ ਜਾਵੇ, ਇਸ ਕਰਕੇ ਗੱਲ ਅੱਜ ਅਸੀਂ ਛੋਟੀ ਤੋਂ ਛੋਟੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਭਾਜੀ ਨੇ ਆਪਣਾ ਫੋਨ ਬੰਦ ਕਰਤਾ, ਲੇਕਿਨ ਮੈਂ ਹੁਣ ਭਾਜੀ ਚਾਹੂੰਗਾ ਕਿ ਤੁਸੀਂ, ਕਿਉਂਕਿ ਇੱਥੇ ਚਾਹੁਣ ਵਾਲੇ ਜਿਹੜੇ ਨੇ ਬੜੇ ਹੈ ਨਾ, ਫਿਰ ਭਾਜੀ ਕੋਲ ਟਾਈਮ ਲੈ ਕੇ ਜੇ ਇੱਥੇ ਹੀ ਨੇ, ਜੇ ਕਿਸੇ ਦਿਨ ਸਬੱਬ ਬਣ ਗਿਆ ਫਿਰ ਥੋੜ੍ਹਾ ਲੰਬਾ ਬੈਠਾਂਗੇ ਮੋਟਰ 'ਤੇ ਬੈਠ ਕੇ, ਫਿਰ ਪੂਰੀ ਮਹਿਫਲ ਲਾਵਾਂਗੇ। ਸੋ ਭਾਜੀ ਮੈਂ ਫਿਰ ਮਤਲਬ ਜਿਹੜੇ ਹੈਪੀ ਭਾਜੀ ਤੁਹਾਡਾ ਧੰਨਵਾਦ ਕਰਦਾ, ਤੁਸੀਂ ਵੀ, ਤੁਹਾਡੀ ਵੀ ਬੜੀ ਰੰਝੇਵੇ ਭਰੀ ਜ਼ਿੰਦਗੀ ਆ, ਅਤੇ ਮੈਂ ਤੁਹਾਡੀ ਸਾਰੀ ਟੀਮ ਦਾ ਸ਼ੁਕਰ ਗੁਜ਼ਾਰ ਹਾਂ, ਹੀਰੇ ਪੰਜਾਬ ਦੇ ਜੋ ਤੁਸੀਂ ਇਹ ਪ੍ਰੋਗਰਾਮ ਦੇ ਵਿੱਚ ਮੈਨੂੰ ਵੀ ਸ਼ਾਮਿਲ ਕੀਤਾ ਇੱਕ ਨਿਮਾਣੇ ਜਿਹੇ ਕਲਾਕਾਰ ਨੂੰ, ਹੈ ਨਾ, ਅਤੇ ਮੈਂ ਤੁਹਾਡਾ ਧੰਨਵਾਦ ਕਰਦਾ। ਬਸ ਜੀ, ਸੋ ਦਰਸ਼ਕੋ ਮਿਲਦੇ ਹਾਂ ਬਹੁਤ ਜਲਦੀ ਦੁਬਾਰਾ ਅਗਲੇ ਪ੍ਰੋਗਰਾਮ ਦੇ ਨਾਲ। ਸੋ ਭਾਜੀ ਨੇ ਟਾਈਮ ਦਿੱਤਾ, ਭਾਜੀ ਦਾ ਵੀ ਧੰਨਵਾਦ, ਅਤੇ ਤੁਹਾਡਾ ਵੀ ਧੰਨਵਾਦ ਕਿ ਤੁਸੀਂ ਲਗਭਗ 6 ਮਹੀਨੇ, ਮੇਰੇ ਖਿਆਲ 6-8 ਮਹੀਨੇ ਹੋ ਗਿਆ ਵੇਟ ਕਰ ਰਹੇ ਸੀ, ਪ੍ਰੋਗਰਾਮ ਨਹੀਂ ਨਵਾਂ ਬਣ ਸਕਿਆ। ਸੋ ਹੁਣ ਆਪਾਂ ਜੁੜੇ ਰਹਾਂਗੇ ਜੀ, ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।